ਵੀਰ ਬਣ ਕੇ ਲੈ ਵੀ ਗੀਤੇ ਬਾਈ ਮਾਰ ਵਿਸਲ ਜਲਦੀ ਦੇ ਨਾਲ ਮੈਚ ਦੀ ਸ਼ੁਰੂਆਤ ਕਰ ਦਈਏ। ਸੋਨੀ ਕੋਟ ਕਰੋੜੀਆ ਜਰਨੈਲ ਮਾਲੇ ਵਾਲਾ, ਗੁਰਬਖਸ਼ ਸਿੰਘ ਜੀ ਸੋਢੀ ਵਾਲਾ, ਉਧਰ ਚੂੜ ਚੱਕੀ ਸੁਰਿੰਦਰ ਵੀਰ ਦੇ ਲਈ ਮੁਬਾਰਕਬਾਦ ਹੈ। ਰੇਸ਼ਮ ਕਨੇਡਾ ਫਤਿਹਗੜ੍ਹ, ਭਲਵਾਨ ਸਪੇਨ, ਲਾਲੂ ਫਤਿਹਗੜ੍ਹ, ਇਹਨਾਂ ਸਾਰੇ ਵੀਰਾਂ ਦੇ ਵੱਲੋਂ 24 ਮਾਰਚ ਜਦ ਕਹਿੰਦੇ ਕਪੂਰਿਆਂ ਦੇ ਵਿੱਚੋਂ ਕਬੱਡੀ ਕੱਪ ਹੋਵੇਗਾ, ਚੂੜ ਚੱਕੀ ਸੁਰਿੰਦਰ ਦਾ ਵੱਡਾ ਸਨਮਾਨ ਜਿਹੜਾ ਕੀਤਾ ਜਾਵੇਗਾ। ਹੁਣ ਟੀਮਾਂ ਜਲਦੀ ਨਾਲ ਸਾਈਡਾਂ ਲੈ ਲੈਣ ਵੀਰ ਬਣ ਕੇ ਲਓ। ਉਧਰ ਕਰਨਪਾਲ ਡੈਰੀ ਵਾਲੇ ਤੇ ਗੋਲਡੀ ਸਰਪੰਚ ਖੁਸਰ ਧੀਰ ਪਹੁੰਚੇ ਨੇ, ਬਹੁਤ ਬਹੁਤ ਧੰਨਵਾਦ। ਓਵਰ ਟੂ ਗਰਾਊਂਡ। ਮੇਨ ਸਟੇਜ ਤੋਂ ਖੱਬੇ ਪਾਸੇ ਜਿਹੜੀ ਟੀਮ ਹੈ ਉਹ ਸੁਰ ਸਿੰਘ ਦੀ ਆ ਗਈ ਹੈ, ਤੇ ਦੂਸਰੇ ਪਾਸੇ ਸਟੇਜ ਤੋਂ ਰਾਈਟ ਹੈਂਡ ਸਾਈਡ ਪਿੰਡ ਵਾਲੇ ਪਾਸੇ ਜਿਹੜੀ ਟੀਮ ਹੈ ਉਹ ਸ਼ੰਕਰਪੁਰ ਦੀ ਆ ਗਈ ਹੈ। ਮਾਝੇ ਤੇ ਦੁਆਬੇ ਦਾ ਮੁਕਾਬਲਾ ਕਹਿੰਦੇ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਕਿ ਮੈਚ ਹੋਣਗੇ ਟਿਕਾਣੇ ਜਾਂ ਟਾਉਣਗੇ, ਪਤਾ ਲੱਗ ਜੂ ਕਿੰਨਾ ਕੁ ਡੂੰਘਾ ਪਾਣੀ। ਕੁੰਡੀਆਂ ਦੇ ਸਿੰਘ ਫਸਣੇ ਹੁਣ ਨਿੱਤਰੂ ਬਣੀ ਵੀ ਖਾਣੀ, ਕੁੰਡੀਆਂ ਦੇ ਸਿੰਘ ਫਸਣੇ ਹੁਣ ਨਿੱਤਰੂ ਬਣੀ ਵੀ ਖਾਣੀ। ਬਹੁਤ ਵਧੀਆ ਮੁਕਾਬਲਾ ਦੋਨਾਂ ਟੀਮਾਂ ਦੇ ਦਰਮਿਆਨ ਜਿਹੜਾ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਪਹਿਲੀ ਕਬੱਡੀ ਕਿਸ ਨੌਜਵਾਨ ਨੇ ਪਾਉਣੀ ਹੈ? ਇਹ ਸ਼ਹਿਯਾਦ ਅਲੀ ਕਹਿੰਦੇ ਹੰਧਿਆਂ ਦੇ ਵਿਚਕਾਰ ਆ ਗਿਆ ਹੈ, ਗੁੰਦਿਆ ਹੋਇਆ ਜੁੱਸਾ, ਚਿੱਟੇ ਰੰਗ ਦੀ ਨਿੱਕਰ ਪਾਈ ਹੋਈ ਹੈ, ਉੱਪਰ 18 ਨੰਬਰ ਲਿਖਿਆ ਹੋਇਆ, ਹੱਥਾਂ ਨੂੰ ਕਲੀ ਲਾਈ ਆ, ਪਰਮਾਤਮਾ ਨੂੰ ਯਾਦ ਕਰਦਾ ਹੋਇਆ ਇਹ ਅਰਦਾਸ ਕਰ ਜਦ ਕਾਰਜ ਸ਼ੁਰੂ ਕਰਦੇ ਫਿਰ ਜੀਤ ਹੀ ਜੀਤ ਹੋ ਜਾਂਦੀ। 1000 ਦੀ ਰੇਡ ਹੈ ਸ਼ਾਜੀ ਦੀ, USA ਗਰੁੱਪ ਵੱਲੋਂ ਪਹਿਲੀ ਕਬੱਡੀ 1000 ਦੀ ਹੋਵੇਗੀ ਸ਼ਾਜੀ ਗਰੁੱਪ ਵੱਲੋਂ। ਹਾਂ ਵੀ ਸਗਰਾਜ, ਪਹਿਲੀ ਕਬੱਡੀ ਪਾਉਣ ਦੇ ਲਈ ਸ਼ਹਿਯਾਦ ਅਲੀ, ਮੈਂ ਵੀ ਦਰਸ਼ਕ ਵੀਰ ਇੱਕ ਵਾਰੀ ਤਾੜੀਆਂ ਮਾਰੇ ਦੋਨਾਂ ਟੀਮਾਂ ਦੇ ਲਈ। ਸਿਰੇ ਦਾ ਮੁਕਾਬਲਾ ਹੈ ਸ਼ਹਿਯਾਦ, ਆ ਮੁੰਡਾ ਗੁਜਰਾਂ ਦਾ ਹੈ, ਕਬੱਡੀ ਦਾ ਉੱਡਣਾ ਸੱਪ ਕਬੱਡੀ ਪਾ ਰਿਹਾ ਹੈ। ਇੱਕ ਪਾਸੇ ਸਿੰਧੂ ਨੌਜਵਾਨ ਜਲਾਲਾਬਾਦ ਦੀ ਧਰਤੀ ਦਾ ਲੱਗਾ ਹੋਇਆ, ਨਾਲ ਦਿਲ ਲੱਗ ਗਿਆ ਜੋਗੇ ਵਾਲੀ ਲੱਗਾ ਹੋਇਆ, ਤੇ ਉਰਲੇ ਪਾਸੇ ਕਹਿੰਦੇ ਨੌਜਵਾਨ ਸੋਨੂ ਜੋਗੇ ਵਾਲੀ ਹੈ। ਅੱਜ ਦੀਆਂ ਪੱਟਾਂ ਦੇ ਥਾਪੀਆਂ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ, ਇਹ ਵਿੱਚ ਗਹਿਰੇ ਚੱਲਾਂ ਦੇ ਬੱਬਰ ਸ਼ੇਰ ਨਹੀਂ ਰਹਿੰਦੇ ਗੁੱਜੇ, ਕੌਣ ਥੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ, ਕੌਣ ਥੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ। ਨੰਬਰ ਰੇਡਰ ਦੇ ਸਟੇਜ ਆ ਜਿਹੜਾ ਅਗਲੀ ਰੇਡ ਜੱਜ ਆ ਗਿਆ ਨਦੌਰ ਪਿੰਡ ਵਾਲਾ, ਇਹਦਾ ਕਹਿੰਦੇ ਮਾਝੇ ਦੇ ਵਿੱਚ ਨਦੌਰ ਪਿੰਡ ਹੈ ਮੇਰੇ ਵੀਰੋ, ਸ਼ਕਰਪੁਰਾ ਚੰਦਪੁਰੇ ਦੇ ਕਹਿੰਦੇ ਚਾਰ ਜਾਫੀਆਂ ਤੇ ਧਾਬਾ ਬੋਲ ਰਿਹਾ, ਇਹ ਨਦੌਰ ਵਾਲਾ ਜੱਜ ਹੈ। ਇੱਕ ਪਾਸੇ ਕਹਿੰਦੇ ਫਰਿਆਦ ਆ, ਔਰ ਦੂਜੇ ਪਾਸੇ ਮੋਨੂ ਸਿੰਧਣ, ਆਹ 2 ਨੰਬਰ ਤੋਂ ਮੁਕਾਬਲਾ ਚੱਲਦਾ ਹੋਇਆ, ਪਰ ਪੁਆਇੰਟ ਜਿਹੜਾ ਹੈ ਰੇਡਰ ਦੇ ਹਿੱਸੇ ਜਾ ਜੁੜਿਆ, ਪੁਆਇੰਟ ਨਦੌਰ ਵਾਲਾ ਜੱਜ ਆਪਣੀ ਟੀਮ ਦੇ ਲਈ ਜੋੜ ਗਿਆ। ਚੁਗਾਵਾਂ ਵਾਲਾ ਚੋਨੀ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਅੰਦਰ ਵਧਿਆ, ਇੱਕ ਪਾਸੇ ਐਨਾ ਕੌਂਡਾ, ਐਨਾ ਕੌਂਡਾ, ਐਨਾ ਕੌਂਡਾ ਸਿੰਧੂ ਜਲਾਲਾਬਾਦ ਮੇਰੇ ਮਿੱਤਰੋ, ਪੁਆਇੰਟ ਜੋਨੀ ਦਾ, ਪੁਆਇੰਟ ਰੇਡਰ ਦਾ, ਪੁਆਇੰਟ ਧਾਵੀ ਦਾ, ਸਿੱਖ ਸਰਦਾਰ ਹੈ। ਆਓ ਮੇਰੇ ਵੀਰੋ, ਗੁਰੂ ਮਹਾਰਾਜ ਦੀ ਬਖਸ਼ੀ ਸਿੱਖੀ ਵੀ ਕਾਇਮ ਹੈ ਤੇ ਕਬੱਡੀ ਵੀ ਕਾਇਮ। ਲਓ ਇੱਕ ਪਾਸੇ ਸਾਬਾ ਸੁਰ ਸਿੰਘ ਹੈ, ਔਰ ਦੂਜੇ ਪਾਸੇ ਅਮਰਪਾਲ ਸਿੰਘ ਕੱਦੂ ਹੈ, ਰਸੂਲਪੁਰ ਪਿੰਡ ਹੈ, ਪਰ ਸਾਬਾ ਸੁਰ ਸਿੰਘ ਦਾ ਆਪਣੀ ਟੀਮ ਦੇ ਲਈ 1 ਲੱਖਾਂ ਜੇ ਨੰਬਰ ਦਾ ਵਾਧਾ ਮੇਰੇ ਵੀਰੋ ਕਰ ਗਿਆ। ਲੈ ਵੀ ਨੌਜਵਾਨ ਹੈ, ਚੱਕ ਲਾ ਮਾਈਕ, ਸੁਖਰਾਜ ਰੋਡਿਆਂ ਵਾਲਿਆ ਕਰਦੇ ਸ਼ਹਿਯਾਦ ਦੀ ਗੱਲ। ਲਓ ਸ਼ਹਿਯਾਦ ਅਲੀ ਖੇਡ ਮੈਦਾਨ ਦੇ ਵਿੱਚ 500 ਰੁਪਈਆ ਆਸਟ੍ਰੇਲੀਆ ਗਰੁੱਪ ਵੱਲੋਂ ਇਸ ਰੇਟ ਤੇ ਆ ਮੇਰੇ ਵੀਰੋ, 500 ਰੁਪਈਆ, 500 ਦੀ ਕਬੱਡੀ ਪੈ ਰਹੀ ਹੈ ਸ਼ਹਿਯਾਦ ਅਲੀ ਦੀ। ਚਾਰ ਜਾਫੀ ਤਿਆਰ ਬਰ ਤਿਆਰ, ਪਾਈਆਂ ਪੱਟਾਂ ਦੇ ਥਾਪੀਆਂ, ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ, ਪਹਿਲਾ ਬਗਿਆਰ ਤਿਆਰ, ਪਰ ਜੋਗੇ ਵਾਲੀਆ ਕਹਿੰਦੇ ਨੌਜਵਾਨ ਟੁੱਟ ਕੇ ਲੱਗਿਆ ਹੋਇਆ, ਪਰ ਸ਼ਹਿਯਾਦ ਕਿੱਥੇ ਲੋਟ ਆਉਂਦਾ, ਆ ਮੁੰਡਾ ਉਡਿਓ ਉਡਿਓ ਕਰਦਾ, ਇਹ ਬਾਜ ਵਾਂਗੂ ਉੱਡ ਜਾਈਦਾ, ਜਿੱਤ ਕਰਕੇ ਵੱਡੇ ਖਬੀ ਖਾਨ ਕੌਡੀ ਜਦੋਂ ਯਾਰ ਪਾਉਂਦੇ ਹੈ ਰੋਜੇ ਤਾੜੀਆਂ ਰਸਾ ਰਹੀ ਮੈਦਾਨ। ਅੰਮ੍ਰਿਤਪਾਲ ਆ ਗਿਆ, ਲੈ ਵੀ ਜਲਾਲ ਵਾਲਿਆ ਕਰ ਦੇਗਾ, ਅੰਮ੍ਰਿਤਪਾਲ ਆ ਗਿਆ, ਅੰਮ੍ਰਿਤਪਾਲ ਆ ਗਿਆ, ਅੰਮ੍ਰਿਤਪਾਲ ਆ ਗਿਆ, ਅੰਬਾ ਅੰਬਾ ਤੇ ਫਰਿਆਦ, ਅੰਬਾ ਤੇ ਫਰਿਆਦ। ਅੰਬੇ ਨੂੰ ਮੈਂ ਪੁੱਛਿਆ ਵੀ ਅੰਬਿਆ ਕੀ ਹਾਲ ਚਾਲ ਹੈ,
ਕਹਿੰਦਾ ਭਾਜੀ ਠੀਕ ਹੈ, ਪਰ ਕਹਿੰਦਾ ਆਪਾਂ ਬੇਨਤੀ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਨਾ, ਉਹਨਾਂ ਲਈ ਵੀ ਸਾਰਿਆਂ ਨੂੰ ਕਰਨੀ ਆ ਵੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਮੋਰਚਾ ਲੱਗਿਆ ਹੋਇਆ ਹੈ, ਉਸ ਮੋਰਚੇ ਨੂੰ ਵੀ ਆਪਾਂ ਕਾਮਯਾਬ ਕਰੀਏ। ਸਿੰਘਾਂ ਨੇ ਗੱਲ ਸਿੱਖੀ ਦੀ ਕੀਤੀ ਹੈ, ਆਓ ਸਾਹਮਣੇ ਖੇਡ ਮੈਦਾਨ ਅੰਦਰ ਮੇਰੇ ਵੀਰੋ ਜੱਫਾ ਨੈਲੇ ਬਘਿਆੜ ਦਾ ਹੈ ਪੁਆਇੰਟ, ਜਿਹੜਾ ਜਾਫੀ ਦਾ ਹੈ ਪੁਆਇੰਟ, ਜਿਹੜਾ ਇਸ ਵੇਲੇ ਸਟੋਪਰ ਦੇ ਹਿੱਸੇ ਜਾ ਜੁੜਿਆ। ਅਗਲੀ ਕਬੱਡੀ ਕੌਣ ਪਾਵੇਗਾ? ਨਦੌਰ ਵਾਲਾ ਜੱਜ ਆ ਗਿਆ ਖੇਡ ਮੈਦਾਨ ਅੰਦਰ। ਲਓ ਜੱਜ ਕਹਿੰਦੇ ਨਦੌਰ ਵਾਲਾ, ਚਾਰ ਜਾਫੀ ਤਿਆਰ ਪਰ ਚਾਰ। ਜੱਟਪੁਰਾ ਸ਼ਰਨਪੁਰ ਦੀ ਟੀਮ ਸਾਂਝੇ ਤੌਰ ਤੇ ਬਣੀ ਹੈ, ਮਾਨ ਜੱਟਪੁਰਾ, ਮੰਗੀ ਖਾਨਪੁਰ, ਬੱਬੂ ਕਲੇਰਾਂ, ਜੱਗਾ ਚੱਕਰ, ਸੱਤੂ ਕਨੇਡਾ, ਜਸਪਾਲ ਹੰਸਰਾ ਕਮਾਲਪੁਰਾ, ਲਾਲੀ ਖਾਨਪੁਰ, ਹੈਪੀ ਖੰਨਾ, ਪਰਮਿੰਦਰ ਸੂਜਾਪੁਰ, ਮੋਨਾ ਧਰਮ ਸਿੰਘ ਵਾਲਾ ਤੇ ਨਾਲ ਸਾਡੇ ਵੀਰ ਪਵਨਜੀਤ ਸਿੰਘ ਤੂਰ ਕਨੇਡਾ, ਨਾਲ ਨਵਦੀਪ ਖੋਸਾ, ਦੀਪ ਇੰਗਲੈਂਡ, ਹਿੰਦਾ ਖੋਸਾ ਜਲਾਲ, ਯੂਐਸਏ ਦੇ ਹਰਮਨ ਚਦਰਾ, ਇਹਨਾਂ ਸਾਰੇ ਭਰਾਵਾਂ ਦੇ ਵੱਡੇ ਸਹਿਯੋਗ ਨੇ। ਲਓ ਸਾਹਮਣੇ ਸ਼ਹਿਯਾਦ ਨੇ ਕਬੱਡੀ ਪਾਈ ਹੈ, ਮੁੰਡਾ ਗੁਜਰਾਂ ਦਾ ਹੈ, ਅੱਜ ਕੱਲ੍ਹ ਕਹਿੰਦੇ ਬੜੀ ਚੜ੍ਹਾਈ ਹੈ, ਨਾ ਚੱਲਦਾ ਗੱਭਰੂ ਦਾ। ਆਓ ਸਾਹਮਣੇ ਪੈਂਦੀ ਰੇਡ ਤੇ ਕੌਣ ਬੱਲੇ ਬੱਲੇ ਕਰਾਵੇਗਾ? ਇਹ ਪੀਲੇ ਪੈਕਟ ਦੁੱਧ ਦੇ ਪੀ ਕੇ ਕੌਡੀ ਨਹੀਂ ਉਹ ਖੇਡ ਹੁੰਦੀ, ਐਰਲਾਈਨ ਤੇ ਆ ਜਾਂਦਾ ਜਦ ਗੱਭਰੂ ਦੀ ਰੇਡ ਹੁੰਦੀ, ਵਿੱਚ ਪੜਾ ਦੇ ਪੈਣ ਪੜਾਕੇ, ਕੰਨ ਗੋਜਦੇ ਥਾਪੜਿਆਂ ਨਾਲ, ਕੈਰਮ ਬੋਰਡ ਖੇਡਦੇ ਜੈਕੇ, ਭਾਰਤ ਖੇਡਦੇ ਖਤਰਿਆਂ ਨਾਲ, ਜਲਾਲਾਬਾਦੀਆਂ ਐਨਾ ਕੌਡਾ, ਐਨਾ ਕੌਡਾ ਹੱਥੋਰੀਆਂ ਨੇ ਜਾ ਗਿਆ। ਮਨੀਲਾ ਗਰੁੱਪ ਵੱਲੋਂ ਸਿੱਧੂ ਦੇ ਲਈ 1000 ਹੈ ਤੇ ਇਧਰ ਚਾਚੀ ਦੇ ਲਈ ਵੀ ਦੀਪ ਸਿੱਧੂ 500 ਰੁਪਇਆ ਉਹ ਗਰੁੱਪ ਵੱਲੋਂ ਆ ਗਿਆ ਬਾਈ ਜੀ, ਵੱਡੇ ਮਾਨ ਆ ਗਿਆ। ਕਹਿੰਦੇ ਸਿੱਧੂ ਨੌਜਵਾਨ ਬੱਲੇ ਬੱਲੇ ਕਰਾ ਗਿਆ, ਡੈਮੋ ਹੋ ਰਹੀ ਹੈ ਜੱਗੀ ਉਹਨਾਂ ਦੀ ਬਦੌਲਤ, ਕਹਿੰਦੇ ਨਿਊਜ਼ੀਲੈਂਡ ਵੀ ਖੇਡਿਆ। ਆਓ ਸਾਹਮਣੇ ਕਬੱਡੀ ਪੈ ਰਹੀ ਹੈ, ਸੁਰ ਸਿੰਘ ਦੀ ਧਰਤੀ ਦਾ ਸਾਹਿਬਾ ਸਾਹਿਬਜੀਤ ਕਬੱਡੀ ਪਾ ਰਿਹਾ, ਪਰ ਫਰਿਆਦ ਇਹਨੂੰ ਜਿਸਮਾਨੀ ਚੁੰਬਕ ਆਖਦੇ ਆ। ਆਓ ਕਹਿੰਦੇ ਸ਼ਹਿਯਾਦ ਦਾ ਵੀਰ, ਆਓ ਕਬੱਡੀ 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 ਕਬੱਡੀ, ਜੱਫੇ ਤੇ ਜੱਫਾ, ਹਾ ਜੱਫਾ, ਆਓ ਫਰਿਆਦ ਦੇ ਨਾਲ ਲੱਗਦਾ ਈ ਦਿੱਤਾ ਜਲਾਲ ਦਾ ਜੱਫਾ। ਓ ਖੋਸੇ ਕੋਟਲੇ ਵਾਲਿਓ, ਕੀ ਹਾਲ ਚਾਲ ਆ ਫਿਰ? ਅਮਰੀਕਾ ਗਰੁੱਪ ਵੱਲੋਂ ਐਸ ਰੇਟ ਤੇ ਆ, ਉਧਰ ਜਗਰਾਜ ਸਿੱਧੂ ਮੈਕ ਟੀਵੀ ਵਾਲੇ ਸਾਡੇ ਦਰਮਿਆਨ ਪਹੁੰਚੇ ਆ। ਅੱਧਾ ਹਾਲ ਦਵਿੰਦਰ ਵੀਰ, ਇੱਕ ਬੇਨਤੀ ਹੈ ਪਵਨਜੀਤ ਸਿੰਘ ਜੀ ਕੈਨੇਡਾ, ਹਿੰਦਾ ਖੋਸਾ ਜਲਾਲ ਯੂਐਸਏ, ਦੀਪ ਇੰਗਲੈਂਡ, ਨਾਮਦਾਰ ਨਵਦੀਪ ਖੋਸਾ ਜੀ ਉਹਨਾਂ ਵੱਲੋਂ 1000 ਦਾ, ਹਰ ਇੱਕ 1000 ਦਾ ਜੱਫਾ ਹੋਣਾ ਫਰਿਆਦ ਅਲੀ ਦਾ। ਹੁਣ ਜਿਹੜੇ ਮੇਰੇ ਵੀਰ ਐਕਸਟਰਾ ਨੇ ਨਹੀਂ ਖੇਡ ਰਹੇ, ਇੱਕ ਸਾਈਡ ਤੇ ਹੋ ਕੇ ਬੈਠ ਜਾਣਗੇ। ਆਓ ਦੁਨੀਆ ਨੂੰ ਨਜ਼ਾਰਾ ਲੈ ਲੈਣ ਦਿਓ, ਆ ਖੋਸੇ ਕੋਟਲੇ ਮੇਲਾ ਚੱਲਦਾ। ਆਓ ਚਾ ਜਿਆ ਕਰਦਾ, ਵਾਕਈ ਗੱਲ ਵੱਖਰੀ ਹੋਈ ਪਈ ਆ ਮੇਰੇ ਵੀਰਿਓ। ਰਵੀ ਬੁਰਜ ਲਿਖਣ ਵਾਲਾ ਰਵੀ, ਰਵੀ ਨੇ ਕਹਿੰਦੇ ਜਗੜਾ ਨੰਬਰ ਜੋੜ ਦਿੱਤਾ। ਰਵੀ ਸੁੱਖੇ ਬਾਈ, ਜਿਹੜੀ ਮਾਇਆ ਆਈ ਆ, ਜ਼ਰੂਰ ਅਮੀਰ ਆ ਗਿਆ ਤੁਹਾਡੇ ਕੋਲ, ਜ਼ਰੂਰ ਇਹ ਤੱਕ ਪਹੁੰਚੀ ਕਰਦੇ ਹੋ। ਸਿੱਧੂ ਯੂਕੇ ਵੱਲੋਂ ਮੇਰੇ ਵੀਰੋ, ਛਾਜੀ ਦੇ ਲਈ 500, ਇੱਧਰ ਲਿਖਿਆ ਪਿਆ ਜੀ 1000 ਸਿੱਧੂ ਦਾ। ਆਹ ਸ਼ਹਿਯਾਦ ਨੇ ਕਹਿੰਦੇ ਫਿਰ ਕਬੱਡੀ ਪਾ ਦਿੱਤੀ ਹੈ, ਐ ਲੱਭ ਗਿਆ ਜੋਗੀ ਵਾਲੀਆਂ ਤੇ ਛਾਜੀ, ਕੱਲ ਫੇਰ ਮੁਸ਼ਕਲ, ਕਬੱਡੀ 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 ਕਬੱਡੀ। ਪਰ ਸ਼ਹਿਯਾਦ ਆਹ ਮਾਰਦਾ ਹੋਇਆ ਇਸ਼ਾਰਾ, ਆਹ ਤਕੜਾ ਨੰਬਰ ਇਸ ਗੱਭਰੂ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ। ਅਗਲੀ ਰੇਡ ਜਿਹੜੀ ਤਰਨ ਤਾਰਨ ਦਾ ਖਿਡਾਰੀ, ਜੱਜ ਆ ਗਿਆ ਨਦੌਰ ਵਾਲਾ, ਜੱਜ ਇੱਧਰ ਦਾ, ਬੱਬੂ ਕਲੇਰਾਂ ਦਾ, ਮਾਨ ਜੱਟਪੁਰੇ ਦਾ, ਮੰਗੀ ਖਾਨਪੁਰ ਹੁਣਾ ਦਾ, ਵਿਸ਼ੇਸ਼ ਤੌਰ ਤੇ ਧੰਨਵਾਦ ਆ ਮੇਰੇ ਮਿੱਤਰੋ। ਆਓ ਇੱਧਰ ਜਗਰਾਜ ਸਿੱਧੂ ਮੈਕ ਟੀਵੀ ਵਾਲੇ ਕੈਨੇਡਾ ਵਾਲੇ, ਵੱਡੇ ਮਾਣ ਮੇਰੇ ਵੀਰੋ ਕਲੱਬ ਨੂੰ ਆਏ, ਧੰਨਵਾਦ ਜੀ ਆਇਆਂ ਨੂੰ, ਲੱਖ ਦਾ ਯੋਗਦਾਨ ਹੈ ਸਾਡੇ ਭਰਾ ਦਾ। ਨਵਦੀਪ ਖੋਸਾ ਜੀ ਵੱਲੋਂ ਫਰਿਆਦ ਦੇ ਲਈ 500, ਆਪੀ ਮਾਇਆ ਜਿਹੜੀ ਸਿੱਧੀ ਪੁੱਜੀ ਕਰ ਦਿਓ, ਬਹੁਤ ਬਹੁਤ ਧੰਨਵਾਦ ਹੈ। ਜੋਨੀ ਅਗਲੀ ਕਬੱਡੀ ਪਾ ਰਿਹਾ, ਜੋਨੀ ਦੀ ਪਈ ਹੋਈ ਰੇਡ ਹੈ, ਚਾਰ ਜਾਫੀ ਨੇ, ਆਹ ਚਾਰਾਂ ਦੇ ਵਿੱਚ
ਚੋਂ ਹੁਣ ਕੌਣ ਕੋਸ਼ਿਸ਼ ਕਰਦਾ ਹੈ। ਗੱਲ ਸਮੇਂ ਦੀ ਹੈ, ਇੱਕ ਪਾਸੇ ਕਹਿੰਦੇ ਸਿੰਧੂ ਹੈ, ਨਾਲ ਕਹਿੰਦੇ ਚੱਕੀ ਹੈ, ਚੱਕੀ ਦੇ ਨਾਲ ਸਾਹਮਣੇ ਸਿੰਧੂ ਜਲਾਲਾਬਾਦੀ ਆਓ ਜਗਰਾਜ ਸਿੰਧੂ ਟੋਰਾਂਟੋ ਵਾਲੇ, 1000 ਰੁਪਇਆ ਮੇਰੀ ਰੇਟ ਤੇ ਲੱਗ ਗਿਆ, ਨਹੀਂ ਜਾਫੀ ਦਾ ਜਾਂ ਰੇਟਰ ਦਾ, 1000 ਰੁਪਇਆ। ਯੋਗਦਾਨ ਹੈ ਜਗਰਾਜ ਸਿੱਧੂ ਮਹਿਕ ਟੀਵੀ ਵਾਲਿਆਂ ਦਾ, ਵੱਡਾ ਯੋਗਦਾਨ ਹੈ, ਧੰਨਵਾਦ ਕਰਦੇ ਹਾਂ। ਉਧਰ ਜੰਟਾ ਖੋਸਾ ਸਿਮਰਾ ਮਨੀਲਾ ਜਗਸੀਰ ਸੀਰੇ ਵੱਲੋਂ ਸਿੱਧੂ ਜਲਾਲਾਬਾਦ ਦਾ 5100 ਦੇ ਨਾਲ ਮਾਣ ਸਨਮਾਨ ਹੋਵੇਗਾ। ਉਧਰ ਨਵਦੀਪ ਖੋਸਾ ਪਵਨਜੀਤ ਕੈਨੇਡਾ ਤੇ ਦੀਪ ਇੰਗਲੈਂਡ ਇਹਨਾਂ ਵੀਰਾਂ ਵੱਲੋਂ ਫਰਿਆਦ ਆ ਹਰ ਜਫਾ 1000 ਦਾ। ਇੱਧਰ ਅੰਬੇ ਦੇ ਥੋੜ੍ਹੀ ਚੋਟ ਲੱਗੀ ਆ, ਪਰਮਾਤਮਾ ਮਿਹਰ ਕਰੇ। ਮੈਨੂੰ ਲੱਗਦਾ ਵੀ ਜਦੋਂ ਨੇ ਪੁੱਠੀ ਕੈਂਚੀ ਪਾਉਣ ਦਾ ਯਤਨ ਕੀਤਾ ਤੇ ਜਿਹੜਾ ਪੈਰ ਹੈ ਉਹ ਮੂੰਹ ਦੇ ਉੱਪਰ ਸ਼ਾਇਦ ਨੱਕ ਦੇ ਉੱਪਰ ਵੱਜਿਆ। ਸੋ ਹਾਂ, ਜਦੋਂ ਨੱਕ ਦੇ ਉੱਪਰ ਹਲਕੀ ਜਿਹੀ ਵੀ ਵੱਜ ਜਾਵੇ ਤੇ ਬੜਾ ਦਰਦ ਹੁੰਦਾ, ਅੱਖਾਂ ਮੂਹਰੇ ਹਨੇਰਾ ਆ ਜਾਂਦਾ ਹੈ। ਇਹ ਪੈਰ ਦੇਖੋ ਵੀ ਕਿੰਨੇ ਜ਼ੋਰ ਦੀ ਵੱਜਿਆ ਹੋਵੇਗਾ। ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਨਾ ਖਿਡਾਰੀਆਂ ਦੇ ਉੱਪਰ, ਕਦੇ ਕਿਸੇ ਨੂੰ ਤੱਤੀ ਵਾਹ ਨਾ ਲੱਗੇ। ਇਧਰ ਜਗਰਾਜ ਸਿੱਧੂ ਸਾਡਾ ਵੀਰ ਮਹਿਕ ਟੀਵੀ ਵਾਲੇ ਅਚੇਚੇ ਤੌਰ ਤੇ ਪਹੁੰਚੇ, ਨਾਲ ਦਵਿੰਦਰ ਧਾਲੀਵਾਲ ਉਹ ਵੀ ਪਹੁੰਚਿਆ ਸਾਡਾ ਵੀਰ, ਉਹਦਾ ਵੀ ਧੰਨਵਾਦ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਇੰਦਰਜੀਤ ਤੂਰ ਕੈਨੇਡਾ, ਹਰਪ੍ਰੀਤ ਤੂਰ ਕੈਨੇਡਾ, ਨਿਮਲ ਲੱਟੇ ਕੈਨੇਡਾ, ਜੱਗਾ ਕੈਨੇਡਾ, ਬਾਜ ਖੋਸਾ ਕੈਨੇਡਾ, ਇਹਨਾਂ ਭਰਾਵਾਂ ਵੱਲੋਂ ਖੋਸਿਆਂ ਨੇ ਬੂਟੀ ਕਬੱਡੀ ਖਿਡਾਰੀ ਦਾ 2025 ਦੇ ਵਿੱਚ ਜਿਹੜੇ ਮੇਲੇ ਤੇ ਆਖੇਗਾ ਉਹ ਟਰਾ ਸਨਮਾਨ ਹੋਵੇਗਾ। ਬੂਟਾ ਸਾਡਾ ਵੀ ਵੱਡੀ ਜ਼ਿੰਮੇਵਾਰੀ ਹੈ। ਇਧਰ ਯੂਕੇ ਵਾਲੇ ਭਰਾ ਕਹਿੰਦੇ ਫਰਿਆਦ ਦਾ ਹਰ ਜੱਫਾ 500 ਦਾ ਹੋਵੇਗਾ। ਇਧਰ ਯੂਐਸਏ ਗਰੁੱਪ ਵੱਲੋਂ ਮੇਰੇ ਵੀਰੋ, ਜੇ ਇਧਰ ਜੱਫਾ ਲੱਗਦਾ ਤੇ 500 ਰੁਪਇਆ ਹੋਵੇਗਾ, ਨਹੀਂ ਰੇਟਰ ਨੂੰ ਦੇ ਦੇਣਾ 500 ਰੁਪਇਆ। ਸਾਡੇ ਤੇਜਿੰਦਰ ਤੂਰ ਯੂਐਸਏ, ਗੁਰਪ੍ਰੀਤ ਕੋਪੀ ਯੂਐਸਏ ਹੋਣੀ ਵੀਰ ਸਾਡੇ ਨਾਓ ਸਾਹਮਣੇ ਫਰਿਆਦ ਦਾ ਹਰ ਜਫਾ ਕਹਿੰਦੇ 1000 ਦਾ, ਉਹ ਪੈਂਦੀ ਹੋਈ ਰੇਡ ਇਹਨੂੰ ਜਿਸਮਾਨੀ ਚੁੱਪ ਕਹਿੰਦੇ ਆ। ਫਰਿਆਦ ਵੱਧ ਵੱਧ ਕੇ ਪੈਂਦਾ ਹੈ, ਫਰਿਆਦ ਵੱਧ ਵੱਧ ਕੇ ਪੈਂਦਾ ਹੈ। ਪਵਨਜੀਤ ਕੈਨੇਡਾ ਕਹਿੰਦਾ ਖੋਸਾ ਜਲਾਲ ਯੂਐਸਏ, ਨਾਮਦਾਰ ਨਵਦੀਪ ਖੋਸਾ, ਦੀਪ ਇੰਗਲੈਂਡ ਉਹਨਾਂ ਨੇ ਅੱਜ ਸ਼ੱਕਰਪੁਰ ਜੱਟਪੁਰੇ ਦੀ ਟੀਮ ਸਪੌਂਸਰ ਕੀਤੀ ਹੈ, ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਆ ਫਰਿਆਦ ਦਾ 500 ਮਲੂਕ ਮੇਰੇ ਤੋਂ ਅੱਗੇ ਫੜ ਕੇ ਲੈ ਜਾ ਨੌਜਵਾਨ, ਆਓ ਸਾਹਮਣੇ ਜੌਨੀ ਚਗਾਵਾਂ ਵਾਲਾ ਇਸ ਵੇਲੇ ਮੇਰੇ ਵੀਰੋ ਨੰਬਰ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ। ਰਵੀ ਪੁਰਜ ਲਿੱਟਾ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਅੰਦਰ ਵਧਿਆ ਹੋਇਆ, ਚਾਰ ਜਾਫੀ ਤਿਆਰ ਪਰ ਤਿਆਰ ਨੇ। ਆਓ ਸਿਰੇ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ, ਸਿਰੇ ਦੀ ਕਬੱਡੀ ਖੇਡੀ ਜਾ ਰਹੀ ਹੈ। ਅੱਜ ਕਹਿੰਦੇ ਖੋਸਾ ਕੋਟਲਾ ਕਿਸੇ ਜਾਣ ਪਹਿਚਾਣ ਦਾ ਮਥਾਜ ਨਹੀਂ, ਅੱਜ ਅਮਰੀਕ ਦੇ ਪਿੰਡ ਦੇ ਵਿੱਚ ਰੌਣਕਾਂ ਭੱਟੀਆਂ ਮੇਰੇ ਮਿੱਤਰੋ। ਅੱਜ ਬੇਸ਼ੱਕ ਪੰਜਾਬ ਦੇ ਵਿੱਚ ਬਹੁਤ ਵੱਡੇ ਵੱਡੇ ਖੇਡ ਮੇਲੇ ਖੇਡੇ ਜਾ ਰਹੇ ਹੈ, ਖੋਸੇ ਕੋਟਲੇ ਦੇ ਮੇਲੇ ਦੀ ਗੱਲ ਵੱਖਰੀ ਹੈ। ਔਰ ਜਿਹੜੀ ਡੇਟ ਕਹਿੰਦੇ ਜ਼ਿਆਦਾ ਬਿਜੀ ਹੋਵੇ ਨਾ ਉਸ ਦਿਨ ਮੇਰੇ ਵੀਰੋ ਬਹੁਤ ਔਖਾ ਹੋ ਜਾਂਦਾ ਹੈ ਇਸ ਤਰ੍ਹਾਂ ਦੇ ਖਿਡਾਰੀ ਖਿਡਾਉਣੇ। ਔਰ ਅੱਜ ਬਹੁਤ ਸਾਰੇ ਟੂਰਨਾਮੈਂਟ ਖੇਡੇ ਜਾ ਰਹੇ ਹੈ ਪਰ ਫਿਰ ਵੀ ਰੰਗ ਲੱਗਿਆ ਪਿਆ, ਭਾਗ ਲੱਗੇ ਪਏ ਨੇ ਮੇਰੇ ਵੀਰੋ। ਖੋਸੇ ਕੋਟਲੇ ਦੇ 19ਵੇਂ ਸ਼ਾਨਦਾਰ ਕਬੱਡੀ ਕੱਪ ਨੂੰ 17 ਮਾਰਚ 3 ਇਤਿਹਾਸਿਕ ਹੈ ਮੇਰੇ ਮਿੱਤਰੋ। ਆਓ ਸਾਹਮਣੇ ਸ਼ਾਦੀ ਦੀ ਪਈ ਹੋਈ ਰੇਡ, ਚਾਰ ਜਾਫੀਆਂ ਦੇ ਵਿੱਚੋਂ ਹੁਣ ਕੌਣ ਜੋਗੇ ਵਾਲੀ ਆ ਜਾਂ ਫਿਰ ਵੇਖਦਾ ਵੀ
ਜਲਾਲਾਬਾਦੀਆ ਜਲਾਲਾਬਾਦੀਆ ਇੱਕ ਪਾਸੇ ਨਹਿਲਾ ਬਘਿਆੜ ਹੈ ਜਿਹਨੂੰ ਸਮਰਾਵਾਂ ਦੇ ਮੇਲੇ ਤੇ ਸਕਾਰਪੀਓ ਗੱਡੀ ਦਾ ਮਾਣ ਸਨਮਾਨ ਬਖਸ਼ਿਆ ਗਿਆ ਪਰ ਦੂਜੇ ਪਾਸੇ ਸ਼ਾਹਜੀ ਕੁਮਾਰ ਮਾਜਰੇ ਦੇ ਮੇਲੇ ਦਾ ਸੋਨਾ ਲੀਕਾ ਦਾ ਜੇਤੂ ਨੰਬਰ ਲੈ ਕੇ ਵਾਪਸ ਗਿਆ ਜੱਜ ਨਦੌਰ ਆ ਗਿਆ ਜੱਜ ਦਾ ਨਦੌਰ ਪਿੰਡ ਹੈ ਜੱਜ ਨਦੌਰ ਵਾਲਾ ਪਵਨਜੀਤ ਕਨੇਡਾ ਇਹਦਾ ਸਾਡਾ ਖੋਸਾ ਜਲਾਲ ਕੋਟਾ ਖੋਸਲਾ ਦੀਪ ਖੋਸਾ ਦੀਪ ਇੰਗਲੈਂਡ ਹੋਣਾ ਵੱਲੋਂ ਫਰਿਆਦ ਦੇ 1000 ਦੇ ਮਾਣ ਆਹ ਸਾਹਮਣੇ ਪੈਂਦੀ ਰੇਡ ਗੱਲ ਫੇਰ ਮੁਸ਼ਕਲ ਬਣ ਗਈ ਹੈ ਕਬੱਡੀ 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 ਲੱਕਾ ਪਿਆ ਜੋਰ ਪਰ ਜੱਜ ਕਹਿੰਦੇ ਵਾਟਾ ਵੜਦਾ ਤੁਰਿਆ ਆਉਂਦਾ ਆਹ ਜੱਜ ਕਹਿੰਦੇ ਉੱਡੀ ਉੱਡੀ ਉਹ ਕਰਦਾ ਹੈ ਕਿ ਚੜੀ ਜਵਾਨੀ ਤੇ ਚੰਨ ਚੜਿਆ ਕਦੇ ਨੀ ਗੁੱਜੇ ਰਹਿੰਦੇ ਹੁਸਨ ਹੱਟਾਂ ਤੇ ਮੁੱਲ ਨੀ ਮਿਲਦਾ ਇਹ ਦੁਨੀਆ ਵਾਲੇ ਕਹਿੰਦੇ ਹੁਸਨ ਹੱਟਾਂ ਤੇ ਮੁੱਲ ਨੀ ਮਿਲਦਾ ਇਹ ਦੁਨੀਆ ਵਾਲੇ ਕਹਿੰਦੇ 1000 ਰੁਪਇਆ ਜਗਰਾਜ ਸਿੱਧੂ ਬੈਂਕ ਟੀਵੀ ਵਾਲੇ ਨਾਲ ਦਵਿੰਦਰ ਧਾਲੀਵਾਲ ਉਹਨਾਂ ਵੱਲੋਂ ਇਸ ਰੇਟ ਤੇ ਲਾ ਕੇ ਆਏ ਜੋਨੀ ਦੀ ਇੱਕ ਰੇਟ ਦੇ ਉੱਪਰ ਕਹਿੰਦੇ ਵੱਡੇ ਮਾਇਆ ਦੇ ਗੱਫੇ ਚੱਕ ਫਿਰ ਚੱਕ ਮੈਂ ਆ ਗਿਆ ਪਹਿਲਾਂ ਬਘਿਆੜ ਜਫਾ ਲਾ ਗਿਆ ਤਾਂ ਬੱਲੇ ਬੱਲੇ ਕਰਾ ਦਿੱਤੀ ਇਸ ਖਬਰ ਨੇ ਅਗਲੀ ਕਬੱਡੀ ਕਹਿੰਦੇ ਸਾਹ ਬਸੁਰ ਸਿੰਘ ਦੀ ਧਰਤੀ ਦਾ ਕਿ ਹੋਰ ਪੜ੍ਹਾਈਆਂ ਪੈਸੇ ਖਾਤਰ ਹੋਰ ਲੜਾਈਆਂ ਪੈਸੇ ਖਾਤਰ ਇੱਕ ਮਾਂ ਦਾ ਪੁੱਤ ਪਰਦੇਸੀ ਹੋ ਗਿਆ ਉਹ ਵੀ ਸੁਣਿਆ ਪੈਸੇ ਖਾਤਰ ਪ੍ਰਵਾਸ ਸਦੀਆਂ ਤੋਂ ਹੁੰਦਾ ਆ ਰਿਹਾ ਪਰ ਇੱਕ ਮਜਬੂਰੀ ਖਾਤਰ ਹੁੰਦਾ ਇੱਕ ਸ਼ੌਕੀਆ ਤੌਰ ਤੇ ਹੁੰਦਾ ਪਰ ਸਾਹਮਣੇ ਪਈ ਹੋਈ ਰੇਡ ਚਾਰਾਂ ਦੇ ਵਿੱਚੋਂ ਕਾਣ ਬੱਲੇ ਬੱਲੇ ਕਰਾਵੇਗਾ ਬਾਈ ਦੀਆਂ ਪੱਟਾਂ ਤੇ ਥਾਪੀਆਂ ਪੰਜਾਬ ਲਾਈਵ ਦਾ ਕੈਮਰਾ ਫੋਕਸ ਪਰ ਇਹਨੂੰ ਫਰਿਆਦ ਆਉਂਦੇ ਆ ਜਿਹੜੇ ਪਿੱਛੇ ਬੈਠੇ ਆ ਨਾ ਇਹਨਾਂ ਨੇ ਸਾਲ ਬਾਅਦ ਕਬੱਡੀ ਦੇਖਣੀ ਹੈ ਆਪਾਂ ਹਰ ਰੋਜ਼ ਮੈਦਾਨਾਂ 'ਚ ਹੈ ਪਰ ਅਸੀਂ ਆ ਕੇ ਗਰਾਊਂਡ ਦੇ ਵਿੱਚ ਖੜਨਾ ਹੁੰਦਾ ਵੀ ਇਹਨਾਂ ਨੂੰ ਨਾ ਕੁਝ ਦਿਸ ਜੇ ਇਹ ਨਾ ਕਹਿ ਦੇਣ ਯਾਰ ਵੀ ਬਾਹਲਾ ਹੀ ਸਿਰਾ ਹੋ ਗਿਆ ਮੇਰੀ ਬੇਨਤੀ ਹੈ ਕੋਈ ਜੇ ਕਹੋ ਤਾਂ ਮੈਂ ਬਾਹਰ ਹੋ ਕੇ ਕਮੈਂਟਰੀ ਕਰ ਲੂੰਗਾ ਪਰ ਆਹ ਦਰਸ਼ਕ ਵੀ ਡਿਸਟਰਬ ਨਾ ਹੋਣ ਮੇਰੀ ਬੇਨਤੀ ਹੈ ਅੰਬੇ ਠੀਕ ਹੈ ਡਾਕਟਰ ਸਾਹਿਬ ਹੋਣ ਤੇ ਪਲੀਜ਼ ਗਰਾਊਂਡ ਦੇ ਵਿੱਚ ਜ਼ਰੂਰ ਪਹੁੰਚਦਾ ਕਰ ਦਿਓ ਇੱਕ ਪਾਸੇ ਮੇਰੇ ਪੀਵਿਓ ਹਰਜਾ ਜਲਾਲ ਵਾਲਿਆ ਪਾਸੇ ਆਓ ਸਾਹਮਣੇ ਸ਼ਹਿਯਾਦ ਖੋਸਾ ਕੋਟਲਾ ਦੇ ਦੌਦਰ ਦੋਨੇ ਖੇਡ ਮੈਦਾਨ ਦੇ ਵਿੱਚ ਆ ਜਾਣ ਸੁਰ ਸਿੰਘ ਦੇ ਨੰਬਰ ਨੇ 10 ਤੇ ਸ਼ਕਰਪੁਰ ਜੱਟਪੁਰਾ ਦੀ ਟੀਮ ਦੇ ਨੰਬਰ ਨੇ 15.5 ਸ਼ਕਰਪੁਰ ਦੀ ਟੀਮ 15.5 ਦੇ ਨਾਲ ਉਧਰ ਧੀਰਾ ਯੂਕੇ ਹੈਰੀ ਯੂਕੇ ਦੇ ਸਿੱਖਾਂ ਕੈਨੇਡਾ ਨਾਲ ਰਾਹੁਲ ਸਾਡਾ ਵੀਰ ਯੂਕੇ ਫਰਿਆਦ ਦੇ 3 ਜੱਫੇ 3100 ਦੇ ਹੋਣਗੇ ਮੇਰੇ ਵੀਰੋ 3100 ਦੇ ਇੱਧਰ ਜਤਿੰਦਰ ਤੂਰ USA 1000 ਰੁਪਇਆ USA ਗਰੁੱਪ ਵੱਲੋਂ ਆ ਦੋਨਾਂ ਫੋੜੇ ਵਾਲਿਆਂ ਨੂੰ 1000 ਦੇ ਵੱਡੇ ਮਾਣ ਹੈ ਜੀ ਚੱਲਦੇ ਮੈਚ ਦਾ ਹਾਫ ਸਮਾਂ ਹੋ ਗਿਆ ਅੱਧੇ ਸਮੇਂ ਦੀ ਖੇਡ ਜਿਹੜੀ ਸਮਾਪਤ ਹੈ 15.5 ਦੇ ਨਾਲ ਸ਼ਕਰਪੁਰ ਦੀ ਟੀਮ ਲੀਡ ਕਰ ਰਹੀ ਹੈ ਇੱਧਰ ਜਤਿੰਦਰ ਤੂਰ ਗੁਰਮੀਤ ਤੂਰ ਗੁਰਪ੍ਰਤਾਪ ਤੂਰ ਗੁਰਪ੍ਰੀਤ ਗੋਪੀ USA ਇਹਨਾਂ ਵੱਲੋਂ ਸੱਭਰ ਕੱਤੇ ਵਾਲਿਆਂ ਨੂੰ 500 ਦੇ ਵੱਡੇ ਮਾਣ ਜਿਹੜੇ ਬਹੁਤ ਬਹੁਤ ਧੰਨਵਾਦ ਜੀ ਲਓ ਅਗਲੇ ਮੈਚ ਦੀਆਂ ਟੀਮਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਨਰੋਲ ਪਿੰਡ ਪੱਧਰ ਦੀਆਂ ਟੀਮਾਂ ਜਲਦੀ ਨਾਲ ਤਿਆਰੀ ਕਰਕੇ ਖੇਡ ਮੈਦਾਨ ਦੇ ਵਿੱਚ ਆ ਜਾਣ ਹਾਂਜੀ ਮੈਚ ਦੀ ਸ਼ੁਰੂਆਤ ਕਰਾਂਗੇ ਤਾਂ ਮੁਕਾਬਲਾ ਫਿਰ ਸ਼ੁਰੂ ਹੋਣ ਜਾ ਰਿਹਾ ਹੈ ਮਾਨ ਜੱਟਪੁਰੇ ਦਾ ਮੰਗੀ ਖਾਨਪੁਰ ਦਾ ਬੱਬੂ ਕਲੇਰਾਂ ਦਾ ਜੱਗੇ ਚੱਕਰ ਹੋਣਾ ਦਾ ਸੱਤੂ ਕਨੇਡਾ ਦਾ ਜਸਪਾਲ ਹੰਸਰਾ
ਲਾਲੀ ਖਾਨਪੁਰ, ਹੈਪੀ ਖੰਨਾ, ਪਰਮਿੰਦਰ ਸੂਜਾਪੁਰ, ਮੋਨਾ ਧਰਮ ਸਿੰਘ ਵਾਲਾ, ਇਹ ਸਾਰੇ ਭਰਾਵਾਂ ਦਾ ਕਹਿੰਦੇ ਸ਼ਕਰਪੁਰ ਦੀ ਟੀਮ ਦੇ ਲਈ ਵੱਡਾ ਸਹਿਯੋਗ ਹੁੰਦਾ ਜਿੱਥੇ ਵੀ ਮੁੰਡੇ ਖੇਡਦੇ ਹੈ। ਆਓ ਜਲਦੀ ਦੇ ਨਾਲ ਅਗਲੇ ਮੈਚ ਦੀਆਂ ਟੀਮਾਂ ਨੂੰ ਅਸੀਂ ਬੇਨਤੀ ਕਰਦੇ ਹਾਂ, ਦੌਦਰ ਤੇ ਖੋਸਾ ਕੋਟਲਾ। ਹਾਂ ਹਾਂ ਬਾਈ, ਮੈਂ ਉਹੀ ਬਹਾਉਣ ਲੱਗਿਆ, ਪਲੀਜ਼। ਮੈਨੂੰ ਵਾਰ ਵਾਰ ਦਰਸ਼ਕ ਆਖ ਰਹੇ, ਮੈਂ ਬੇਨਤੀ ਕਰਦਾ ਭਰਾਵਾਂ ਨੂੰ ਵੀ ਇੱਦਾਂ ਆਪਾਂ ਝੁੰਡ ਨਾ ਮਾਰੀਏ। ਜਦੋਂ ਆਪਾਂ ਸਾਰੇ ਇਕੱਠੇ ਹੋ ਕੇ ਖੜ ਜਾਣਾ ਹੀ ਰੋਡੇ ਚੂੜ ਚੱਕੀਆ, ਸਾਰੇ ਵੀਰ ਮੇਰੇ ਵੀਰੋ ਪੁੱਜੇ ਹੋਏ ਨੇ, ਦਿਲਬਾਗ ਬਰਾੜ, ਸੁਚੈਨ ਬਰਾੜ ਵੀ ਪੁਰਾਣਾ ਬੁਲਾਰਾ, ਅੱਜ ਕੱਲ੍ਹ ਲਿਖਦਾ ਸੱਚੇ ਪਾਤਸ਼ਾਹ ਭਰਾ ਤੇ ਮਿਹਰ ਭਰੇ ਹੱਥ ਰੱਖੇ। ਔਰ ਕਿਉਂਕਿ ਵੱਡੀ ਪ੍ਰੋਬਲਮ ਦੇ ਵਿੱਚ ਇੱਕ ਹੱਥ ਦੇ ਨਾਲ ਲਿਖਣਾ ਇਹ ਵੱਡੀ ਗੱਲ ਹੋ ਜਾਂਦੀ ਹੈ, ਸੁਚੈਨ ਸਿਆ ਡੋਲੀ ਨਾ, ਕੋਈ ਗੱਲ ਨੀ, ਕਬੱਡੀ ਜਗਤ ਦੇ ਨਾਲ ਖੜੂਗਾ, ਆਪਾਂ ਬੇਨਤੀ ਕਰਾਂਗੇ। ਆਓ ਸਾਹਮਣੇ ਸੈਕਿੰਡ ਹਾਫ ਦੀ ਖੇਡ, ਬੱਬੂ ਲਓ ਸਾਹਮਣੇ ਕਬੱਡੀ ਪੈ ਰਹੀ ਹੈ ਤੇ ਨੰਬਰ ਕਹਿੰਦੇ ਰਵੀ ਬੁਰਜਰੇਟਾ ਵਾਲਾ ਆਪਣੀ ਟੀਮ ਦੇ ਲਈ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ। ਤਾਂ ਜੌਨੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ, ਖੋਸੇ ਕੋਟਲੇ ਦਾ ਖੇਡ ਮੇਲਾ ਚੱਲਦਾ ਹੈ। ਜੇ ਖੋਸਿਆਂ ਦੇ ਕਬੱਡੀ ਖਿਡਾਰੀਆਂ ਦੀ ਗੱਲ ਕਰਦੇ ਹਾਂ ਤੇ ਰਾਜੂ ਖੋਸਾ ਕੋਟਲਾ ਅੱਜ ਦੇ ਟਾਈਮ ਦਾ ਟੌਪ ਦਾ ਸਟਾਰ ਹੈ। ਗੱਲਾਂ ਕਹਿੰਦੇ ਵਿਦੇਸ਼ਾਂ ਦੇ ਵਿੱਚ ਕਦੇ ਯੂਰਪ ਖੇਡਦਾ, ਕਦੇ ਇੰਗਲੈਂਡ, ਕਦੇ ਕੈਨੇਡਾ, ਪਰ ਸਾਹਮਣੇ ਦੇਖਾਂਗੇ ਵੀ ਜ਼ੋਰ ਲੱਗਾ ਪਿਆ ਦੋ ਖਿਡਾਰੀਆਂ ਦੇ ਦਰਮਿਆਨ, ਇੱਥੇ ਰੱਖ ਨਹੀਂ ਹੋ ਰਹੀ ਸੈ, ਉਹ ਮੁੰਡੇ ਨੇ ਸਿਰਾ ਕਰਾ ਦਿੱਤਾ। ਇੱਕ ਵਾਰੀ ਨਹਿਲੇ ਬਘਿਆੜ ਲਈ ਤਾੜੀਆਂ ਮਾਰੋ ਯਾਰ ਜ਼ੋਰਦਾਰ। ਪਿਛਲੇ ਦਿਨੀ ਫਤਿਹਗੜ੍ਹ ਸਭਰਾ ਦੇ ਮੇਲੇ ਤੇ ਸਕਾਰਪੀਓ ਗੱਡੀ ਨਾਲ ਵੱਡੇ ਮਾਨ ਸਨਮਾਨ ਹੋਏ ਹੈ, ਬੜੇ ਸਾਊ ਜੇ ਸੁਭਾਅ ਦਾ ਮੁੰਡਾ, ਤਕੜਾ ਜਫਾ ਲਾ ਗਿਆ। ਅਗਲੀ ਰੇਡ ਪੈ ਗਈ ਲੈ ਵੀ ਸੋਹਣਿਆ ਵੀਰਾ ਕਰ ਦੇ ਗੱਲ। ਜੱਜ ਨਦੌਰ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ। ਲਓ ਜੱਜ ਨਦੌਰ ਵਾਲਾ ਮੇਰੇ ਵੀਰਿਓ, ਜੱਜ ਨਦੌਰ, ਨਦੌਰ ਦੀ ਧਰਤੀ ਫਰਿਆਦ, ਆਸਟ੍ਰੇਲੀਆ ਕਹਿੰਦਾ ਕੱਲਾ ਹੀ ਵਾਧੂ ਹੈ, ਅੱਜ ਕਹਿੰਦਾ ਕੱਲਾ ਹੀ ਵਾਧੂ ਹੈ, ਆਓ ਸਾਹਮਣੇ ਤੇਰਿਆ ਫਿਰਦਾ। ਆਸਟ੍ਰੇਲੀਆ ਗਰੁੱਪ ਵੱਲੋਂ ਆ ਰੇਡਰ ਲਈ 500, ਸਾਡਾ ਵੀ ਕਾਲਾ ਤੋਰ ਗੁਰਪ੍ਰੀਤ ਤੇ ਨਾਲ ਗੁਰਪ੍ਰੀਤ, ਕਮਲਜੀਤ ਤੋਰ, ਨਿਰਮਲਜੀਤ ਤੋਰ ਤੇ ਗੁਰਪਾਲ ਤੋਰ, ਸੁਖਪਾਲ ਤੋਰ, ਇਹਨਾਂ ਭਰਾਵਾਂ ਦਾ ਕਹਿੰਦੇ 1 ਲੱਖ ਦਾ ਵੱਡਾ ਯੋਗਦਾਨ ਵੀ ਹੈ, ਬਹੁਤ ਵੱਡੇ ਮਾਣ। ਆਹ ਸ਼ਹਿਯਾਦ ਨੇ ਕਬੱਡੀ ਪਾ ਦਿੱਤੀ ਹੈ, ਸ਼ਕਰਪੁਰੀਆ ਸਾਜੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ। ਇੱਕ ਪਾਸੇ ਨਿੰਦੀ ਹਮੀਦੀ ਵਾਲਾ ਲੱਗਾ ਹੋਇਆ, ਜਲਾਲਾਬਾਦੀ ਸ਼ਿੰਦੂ ਲੱਗਾ ਹੋਇਆ, ਨਾਲ ਲਹਿਲਾ ਵਗੈਰ ਜੋਗੀ ਵਾਲੀ ਹੈ, ਬਾਈ ਦੀਆਂ ਪੱਟਾਂ ਦੇ ਥਾਪੀਆਂ, ਖੋਸੇ ਕੋਟਲੇ ਦਾ ਖੇਡ ਮੈਦਾਨ। ਲੈ ਵੀ ਸੁਖਰਾਜ, ਕਬੱਡੀ 1000 ਦੇ ਯੂਐਸਏ ਗਰੁੱਪ ਵੱਲੋਂ 1000 ਰੁਪਇਆ ਦਿੱਤਾ ਜਾ ਰਿਹਾ ਹੈ ਯੂਐਸਏ ਵਾਲੇ ਭਰਾਵਾਂ ਵੱਲੋਂ, ਮਾਣ ਕਿਧਰੇ ਮਨੀਲਾ ਵਾਲੇ ਵੀਰਾਂ ਵੱਲੋਂ, ਟਰਾਂਟੋ ਵਾਲੇ ਭਰਾਵਾਂ ਵੱਲੋਂ, ਜਰਮਨੀ ਸਾਈਪ੍ਰਸ ਵਾਲੇ ਵੀਰਾਂ ਵੱਲੋਂ, ਸਾਰੇ ਵੀਰਾਂ ਦਾ, ਆਸਟ੍ਰੇਲੀਆ ਵਾਲੇ ਭਰਾਵਾਂ ਦਾ ਸਤਿਕਾਰ ਹੈ ਜਿਹਨਾਂ ਭਰਾਵਾਂ ਨੇ ਸਹਿਯੋਗ ਪਾਏ ਹੈ। ਰਮਨ ਬੈਨੀਪਾਲ ਕੁਤਬੇ ਬਾਹਮਣੀ ਵਾਲੇ ਦੀ ਯਾਰੀ ਮੇਰੇ ਵੀਰ ਅਮਰੀਕ ਦੇ ਨਾਲ ਹੈ, ਅੱਜ ਦੇ ਮੇਲੇ ਦੇ ਲਈ ਬਹੁਤ ਵੱਡਾ ਸਹਿਯੋਗ ਹੈ। ਵਿਸ਼ੇਸ਼ ਤੌਰ ਪ੍ਰੀਤ ਉਧਰਲਾ ਮਾਈਕ ਨਾਲ ਰਪਿੰਦਰ ਵਾਲਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹੈ। ਮਨਮੀਤ ਬੋਗੀਪੁਰਾ ਜਲਾਲਾਬਾਦੀ ਸ਼ਿੰਦੂ ਦੇ ਲਈ ਉਸ ਵੀਰ ਦੇ ਵੱਲੋਂ 500 ਦਾ ਮਾਣ ਆਇਆ, ਮਨਮੀਤ ਬੋਗੀਪੁਰੇ ਵਾਲੇ ਦੇ ਵੱਲੋਂ ਸ਼ਿੰਦੂ ਦੇ ਲਈ ਵੱਡੇ ਮਾਣ। ਤਾਂ ਉਹ ਸਾਹਮਣੇ ਰਵੀ ਬੁਰਜਰੇਟਾ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ, ਰਵੀ ਬੁਰਜਰੇਟਾ ਵਾਲਾ ਵੀ ਪ੍ਰੀਤ ਸਾਂਭੀ ਹੈ ਜ਼ਿੰਮੇਵਾਰੀ। ਆਹ ਸਾਹਮਣੇ ਕਬੱਡੀ ਪੈ ਰਹੀ ਹੈ, ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ। ਆਸਟ੍ਰੇਲੀਆ ਗਰੁੱਪ ਨੂੰ ਆ ਰਹੇ ਨੇ 500 ਦੀ ਅਗਲੀ ਕਬੱਡੀ ਪਾਉਣ ਦੇ ਲਈ ਜੌਨੀ ਫੇਰ ਤਿਆਰ ਪਰ ਤਿਆਰ। ਪ੍ਰੀਤ ਜਿਹੜਾ ਰੁਪਿੰਦਰ ਵਾਲਾ ਮਾਈਕਾ ਵੀਰ ਬਣ ਕੇ ਚਾਲੂ ਕਰ ਦਿੱਤਾ ਜਾਵੇ। ਆਹ ਜਲਾਲਾਬਾਦੀ ਸ਼ਿੰਦੂ ਲਈ 500 ਦੇ ਮਾਣ ਆਇਆ ਜੀ, ਜ਼ਰੂਰ ਪੁੱਜਦੇ ਕਰ ਦਿਓ। ਆਓ ਸਾਹਮਣੇ ਕਬੱਡੀ ਪਾਉਣ ਦੇ ਲਈ ਸ਼ਕਰਪੁਰ ਦੀ ਟੀਮ ਬਣਾਉਣ ਦੇ ਲਈ ਪਵਨਜੀਤ ਤੂਰ ਕੈਨੇਡਾ, ਨਵਦੀਪ ਖੋਸਾ ਦੀਪ ਇੰਗਲੈਂਡ,
ਤੇ ਹਿੰਦਾ ਖੋਸਾ ਜਲਾਲ ਯੂਐਸਏ ਇਹਨਾਂ ਭਰਾਵਾਂ ਦੇ ਵੱਡੇ ਸਹਿਯੋਗ ਨੇ। ਪਰ ਸਾਹਮਣੇ ਸ਼ਹਿਆਦ ਕਬੱਡੀ ਪਾ ਰਿਹਾ ਹੈ ਕਿ ਪੱਟਾਂ ਉੱਤੇ ਬੱਜਣ ਥਾਪੀਆਂ, ਹਿੱਕਾਂ ਦੇ ਵਿੱਚ ਧੱਕੇ, ਵਿੱਚ ਗਰਾਊਂਡ ਦੇ ਗੱਭਰੂ ਪਿੰਡ ਦੇ ਦੋਰੀਆਂ ਖੜ ਖੜ ਧੱਕੇ। ਲੋਕੋ ਵਾਲੇ ਸੁੱਖੀ ਇਹ ਖੇਡ, ਮਾਂ ਦੇ ਪੁੱਤ ਦਲੇਰਾਂ ਦੀ, ਪੰਜਾਬ ਦੀ ਧਰਤੀ ਯੋਧੇ ਜੰਮਦੇ, ਸਿਫਤ ਕਰਾਂ ਕਿ ਸ਼ੇਰਾਂ ਦੀ, ਆਹ ਸ਼ੇਰਾਂ ਵਰਗੇ ਖਿਡਾਰੀ। ਪਰ ਇਹਨੂੰ ਉੱਡਣਾ ਸੱਪ ਆਖਿਆ ਜਾਂਦਾ ਖੇਡ ਕਬੱਡੀ ਦੇ ਮੈਦਾਨਾਂ ਦੇ ਅੰਦਰ। ਤਾਂ ਸ਼ਹਿਆਦ ਜਾਨਦਾਰ ਨੰਬਰ ਜੁੜ ਗਿਆ ਬਾਈ, ਰੇਡ ਪਾਉਣ ਦੇ ਲਈ ਜੱਜ ਆ ਗਿਆ। ਬਾਈ ਜਿਵੇਂ ਤੂੰ ਬੋਲਿਆ ਨਾ, ਐ ਮੈਂ ਵੀ ਨਹੀਂ ਬਰਦਾਸ਼ਤ ਕਰਦਾ, ਪਰ ਤੇਰੇ ਤੋਂ ਪਹਿਲਾਂ ਕਿੰਨੇ ਵਾਰੀ ਬੋਲਤਾ ਮੈਨੂੰ ਦੱਸ ਦੇ, ਕਿੰਨੇ ਵਾਰੀ ਬੋਲਤਾ ਮੈਨੂੰ ਇਹ, ਤੂੰ ਤੂੰ ਆਪਦੇ ਕੰਨੀ ਦੱਸ ਦੇ ਕਿੰਨੇ ਵਾਰੀ ਸੁਣਿਆ। ਪਰ ਆਹ ਬੋਲੀ ਮੈਂ ਬਰਦਾਸ਼ਤ ਨਹੀਂ ਕਰਦਾ। ਮੇਰਾ ਵੀਰ ਬਣ ਕੇ ਆਪਾਂ ਸਾਰਿਆਂ ਨੂੰ ਪਿਆਰ ਕਰਦੇ ਹਾਂ, ਸਾਰਿਆਂ ਦਾ ਸਤਿਕਾਰ ਕਰਦੇ ਹਾਂ। ਦੇਖੋ ਮੇਰੀ ਬੇਨਤੀ ਹੈ, ਉਹ ਸਾਰਿਆਂ ਨੂੰ ਦੋ ਤਿੰਨ ਵਾਰੀ ਮੈਂ ਕਹਿ ਚੁੱਕਿਆ ਵੀ ਯਾਰ ਬੈਠ ਜਾਓ, ਸਾਰੇ ਬੈਠੇ ਵੀ ਇੱਧਰ ਹੈ ਨਾ, ਮੇਰਾ ਵੀਰ ਬਣ ਕੇ ਮਾੜਾ ਹਿਸਾਬ ਨਾਲ ਚੱਲੀਦਾ ਹੁੰਦਾ, ਸੋ ਕੋਈ ਚੱਕਰ ਨਹੀਂ ਗਾ। ਹਾਂਜੀ ਆ ਜਾਓ, ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਜੌਨੀ ਫਿਰ ਤਿਆਰ ਪਰ ਤਿਆਰ ਹੈ। ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ, ਭਰਾ ਬਣ ਕੇ ਯਾਰ ਸਾਂਝਿਆ ਕਰੀਏ। ਖੇੜੇ ਵੀਰਾਂ ਦੀ ਕੋਈ ਡਿਊਟੀ ਨਹੀਂ, ਜਿਹਨਾਂ ਨੇ ਰੇਡ ਨਹੀਂ ਪਾਉਣੀ, ਜੱਫਾ ਨਹੀਂ ਲਾਉਣਾ, ਇੱਕ ਸਾਈਡ ਤੇ ਬਹਿ ਜਾਓ ਖਾ ਯਾਰ, ਕਿੰਨਾ ਵਧੀਆ ਲੱਗੂਗਾ। ਨਾਲੇ ਦੇਖਣ ਵਾਲੇ ਹੁਣ ਮਗਰੋਂ ਬਾਜਾ ਮਾਰਦੇ ਆ, ਵਧੀਆ ਨਹੀਂ ਲੱਗਦਾ। ਤਾਂ ਸਾਹਮਣੇ ਕਬੱਡੀ ਪੈ ਰਹੀ ਹੈ ਦੋ ਖਿਡਾਰੀਆਂ ਦੇ ਦਰਮਿਆਨ, ਪਰ ਗੀਤਾ ਕੋੜ ਕਰੋੜੀਆ ਫੈਸਲਾ ਕਰ ਗਿਆ ਵੀ ਨੰਬਰ ਜਿਹੜਾ ਉਹ ਜਾਫੀਆਂ ਦੇ ਸਟੇਜ ਆ ਜਿਹੜਾ। ਤਾਂ ਸ਼ੇਰਾ ਸਭਰਾਵਾਂ ਵਾਲਾ ਕਹਿੰਦੇ ਬੱਲੇ ਬੱਲੇ ਕਰਾ ਗਿਆ। ਅਗਲੀ ਰੇਡ ਰਵੀ ਬੁਰਜ ਲਿੱਟਾਂ ਵਾਲਾ, ਰਵੀ ਬੁਰਜ ਲਿੱਟਾਂ ਦੀ ਧਰਤੀ ਹੈ, ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਧਰਤੀ ਤੋਂ ਮੇਰੇ ਵੀਰੇ ਇਸ ਨੌਜਵਾਨ ਦਾ ਲਾਗਲੇ ਪਿੰਡ ਦਾ ਇਹ ਨੌਜਵਾਨ ਹੈ, ਲਾਗਲਾ ਪਿੰਡ ਹੈ। ਆਹ ਬੁਰਜ ਲਿੱਟਾਂ ਵਾਲੇ ਦੀ ਪਈ ਹੋਈ ਰੇਡ ਹੈ, ਚਾਰਾਂ ਜਾਫਿਆਂ ਦੇ ਵਿੱਚੋਂ ਫਰਿਆਦ, ਜਾਂ ਫਿਰ ਦੂਸਰਾ ਨੌਜਵਾਨ ਕਰੂ ਕਮਾਲ, ਫਰਿਆਦ 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 ਪਰ ਪੁਆਇੰਟ ਰਵੀ। ਰਵੀ ਦੇ ਲਈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ, ਬਹੁਤ ਸੋਹਣੀ ਖੇਡ ਦਿਖਾ ਰਿਹਾ ਹੈ। ਨਜ਼ਾਰਾ ਲੈਣ ਦੀ ਲੋਕਾਂ ਨੂੰ ਖੇਡ ਕਬੱਡੀ ਦਾ ਵੀਰੇ ਬੇਨਤੀ ਹੈ, ਜਿਹੜੇ ਵੀਰਾਂ ਦੀ ਡਿਊਟੀ ਨੇ ਆ ਦੇਖੋ, ਇੱਕ ਤਾਂ ਆਵਾਜ਼ ਚੱਲਦੀ ਹੈ ਜ਼ਿਆਦਾ, ਜੇ ਮਾਈਕ ਥੋੜਾ ਚਿਰ ਬੰਦ ਹੋ ਜਾਏ ਤੇ ਤੁਹਾਨੂੰ ਲੋਕ ਆਪ ਹੀ ਆਖ ਦੇਣ ਵੀ ਬਹਿ ਜਾਓ, ਕਿਉਂਕਿ ਉਹ ਇੱਦਾਂ ਦੀ ਸ਼ਬਦਾਵਲੀ ਯੂਜ਼ ਕਰਦੇ ਜਿਹੜੀ ਸੁਣਨ ਵਾਲੀ ਨਹੀਂ ਹੁੰਦੀ। ਅਸੀਂ ਤਾਂ ਥੋੜ੍ਹਾ ਪੋਲਾਈਟਲੀ ਪੇਸ਼ ਕਰਦੇ ਹਾਂ ਵੀ ਵੀਰਾਂ ਦੇ ਆ ਬਹਿ ਜਾਓ, ਪਰ ਉਹ ਵੀਰ ਦੀਆਂ ਦੇ ਹੋਰ ਹੀ ਕੁਛ ਆਉਂਦੇ ਆ। ਵੀਰ ਬਣ ਕੇ ਹੱਥ ਬੰਨ ਕੇ ਫਿਰ ਬੇਨਤੀ ਕਰਦੇ ਹਾਂ ਵੀ ਜਿਹੜੇ ਵੀਰਾਂ ਦੀ ਡਿਊਟੀ ਨੇ ਥੋੜ੍ਹਾ ਸਾਈਡ 'ਤੇ ਹੋ ਜਾਣ। ਤਾਂ ਸਾਹਮਣੇ ਕਬੱਡੀ ਪੈ ਰਹੀ ਹੈ, ਇਹ ਗੀਤਾ ਕੋੜ ਕਰੋੜੀਆ ਫੈਸਲਾ ਕਰ ਗਿਆ ਵੀ ਨੰਬਰ ਜਾਫੀਆਂ ਦਾ। ਮੈਨੂੰ ਲੱਗਦਾ ਵੀ ਨਹਿਲਾ ਬਘਿਆੜ ਬਲੇ ਬਲੇ ਕਰਾ ਗਿਆ, ਜੋਗੀ ਵਾਲੀ ਨੇ ਜਾਨਦਾਰ ਨੰਬਰ ਜੁੜ ਦਿੱਤਾ। ਅਗਲੀ ਰੇਡ ਪਾਉਣ ਦੇ ਲਈ ਜੱਜ ਨਦੌਰ ਪਿੰਡ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਕਿ ਤੈਨੂੰ ਖਣਵਾਏ ਬੜੀ ਡੌਲਿਆਂ 'ਚ ਜਾਣ। ਤਾਂ ਦੇਖੋ ਗੁੰਦੇ ਹੋਏ ਜੁੱਸੇ ਦਾ ਮਾਲਕ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ, ਚਾਰਾਂ ਦੇ ਵਿੱਚੋਂ ਕੌਣ ਫਰਿਆਦ ਫੇਰ, ਆਹ ਜੱਜ ਦੇ ਫਰਿਆਦ ਦੇ ਦਰਮਿਆਨ, ਆਹ ਬੱਲੇ ਬੱਲੇ ਬੱਲੇ, ਵਾਹ ਓਏ ਜੱਜ, ਨਹੀਂ ਉਹ ਰੀਸਾਂ ਤੁਰੀਆਂ ਖੁਸ਼ ਹੈ। ਲੈ ਵੀ ਸ਼ਰਮਾ ਜੀ ਕੀ ਕਹਿੰਦੀ ਹੈ, ਵਹੀ ਕੋਈ ਬਾਹਲਾ ਫਰਕ ਨਹੀਂ, ਦੋ ਢਾਈਆਂ ਦਾ ਫਰਕ ਹੈ ਮੇਰੇ ਵੀਰੋ। ਲੈ ਵੀ ਸ਼ਹਿਯਾਦ ਜੇ ਟੀਮ ਫਾਈਨਲ ਦੇ ਵਿੱਚ ਪਹੁੰਚਾ ਗਿਆ ਤੇ ਇੰਦਰਜੀਤ ਹੋਣੀ ਵੀ ਤੇਰਾ ਇੰਤਜ਼ਾਰ ਕਰਨਗੇ ਨੌਜਵਾਨ। ਆਓ ਸਾਹਮਣੇ ਸ਼ਹਿਯਾਦ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਅੰਦਰ ਵਧਿਆ ਹੋਇਆ, ਚਾਰ ਜਾਫਿਆਂ ਦੇ ਵਿੱਚੋਂ ਕਹਿੰਦੇ ਇੱਕ ਵਾਰੀ ਚੇਨ ਟੁੱਟ ਗਈ ਨਿੰਦੀ ਹਮੀਦੀ, ਤੇ ਫਰਿਆਦ ਦਾ ਵੀਰ ਸ਼ਹਿਯਾਦ ਅਲੀ ਕਬੱਡੀ ਦਾ ਉੱਡਣਾ ਸੱਪ, ਨਿੰਦੀ ਹਮੀਦੀ ਵਾਲਾ, ਨਿੰਦੀ ਹਮੀਦੀ ਵਾਲਾ ਤੇ ਪੁਆਇੰਟ ਜਿਹੜਾ ਹੈ ਸ਼ਹਿਯਾਦ ਅਲੀ ਦਾ। ਜੇ ਮੈਚ ਵਧੀਆ ਲੱਗ ਰਿਹਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਇਹਨਾਂ ਖਿਡਾਰੀਆਂ ਦੇ ਲਈ। ਸੋ ਬੇਨਤੀ, ਥੋੜ੍ਹਾ ਥੋੜ੍ਹਾ ਗਰਾਊਂਡ ਨੂੰ ਕਲੀਅਰ ਕਰ ਦਿਓ, ਲੋਕਾਂ ਨੂੰ ਕਬੱਡੀ ਵੇਖ ਲੈਣ ਦਈਏ। ਆਹ ਰਵੀ ਬੁਰਜ ਲਿੱਟਾਂ ਵਾਲਾ ਕਬੱਡੀ ਪਾ ਰਿਹਾ, ਸਿੰਦੜਾਂ ਵਾਲਿਆ, ਲੋਕਾਂ ਨੇ ਕਹਿਣਾ ਬੜੀ ਦੂਰੋਂ ਆਇਆ ਸੀਗਾ ਮੁੰਡਾ, ਪਰ ਕੱਦੂ ਰਸੂਲਪੁਰੀਆ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਹੈ ਰੇਡਰ ਦੇ ਹਿੱਸੇ ਜਾ ਜੁੜਿਆ ਹੈ, ਪੁਆਇੰਟ ਮੇਰੇ ਵੀਰੋ ਧਾਵੀ ਦਾ। ਅਗਲੀ ਕਬੱਡੀ ਇਸ ਵੇਲੇ ਖੇਡ ਮੈਦਾਨ ਅੰਦਰ ਨੌਜਵਾਨ ਜੌਨੀ ਚਗਾਵਾਂ ਵਾਲਾ, ਕੇਵਲ ਚਗਾਵਾਂ ਵਾਲਾ ਸਿਰੇ ਦਾ ਖਿਡਾਰੀ ਹੋਇਆ, ਲਾਲੀ ਵੀ ਅੱਜ ਦੇ ਸਮੇਂ ਦੇ ਵਿੱਚ ਵਧੀਆ ਖੇਡਦਾ ਹੈ। ਆਹ ਕਹਿੰਦੇ ਨੌਜਵਾਨ ਜੌਨੀ ਹੈ, ਇੱਕ ਜੌਨੀ ਅਮਰੀਕਾ ਵਾਲਾ ਖੇਡਿਆ, ਔਰ ਸਾਹਮਣੇ ਤੁਹਾਡੇ
ਪਈ ਹੋਈ ਰੇ। ਮੇਲਾ ਬਗਿਆੜ ਬਈ ਖੋਸੇ ਕੋਟ ਲਿਆ ਰਹੇ ਹੋ, ਜੱਫੇ ਤੇ ਰੇਡਾਂ ਵਧੀਆ ਲੱਗ ਰਹੀਆਂ, ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਕੇ ਦੱਸਿਓ। ਦੁਨੀਆ ਖੁਸ਼ ਹੈ, ਤਾੜੀ ਵੱਜ ਰਹੀ ਹੈ, ਦੁਨੀਆ ਕਹਿੰਦੇ ਨਜ਼ਾਰੇ ਲੈ ਰਹੀ ਹੈ, ਸੰਤਾ ਮਹਾਂਪੁਰਸ਼ਾਂ ਦੀ ਧਰਤੀ ਹੈ, ਵੱਡਾ ਖੇਡ ਮੇਲਾ ਚੱਲਦਾ ਹੈ। ਲਓ ਬੁਰਜ ਰੇਟਾਲਾ ਰਵੀ ਕਹਿੰਦੇ ਫੇਰ ਤਿਆਰ ਬਰ ਤਿਆਰ ਹੈ, 6 ਫੁੱਟ ਦੇ ਕਰੀਬ ਕੱਦ ਹੈ, ਕੱਠਿਆ ਹੋਇਆ ਸਰੀਰ, ਲਾਲ ਰੰਗ ਦੀ ਨਿੱਕਰ ਪਾਈ ਹੋਈ ਹੈ, 4 ਜਾਫੀ ਤਿਆਰ ਬਰ ਤਿਆਰ, ਫਰਿਆਦ ਵਰਗੇ ਨਾਲ ਲੱਖਾਂ ਸਾਫੂ ਵਾਲੀਆਂ ਵੱਜਦੀਆਂ ਪੱਟਾਂ ਦੇ ਥਾਪੀਆਂ, ਕੈਮਰੇ ਫੋਕਸ ਹੈ, ਕੌਣ ਬੱਲੇ ਬੱਲੇ ਕਰਾਵੇਗਾ, ਅੱਜ ਖੋਸਿਆਂ ਦੇ ਵਿੱਚ ਰੌਣਕ ਹੈ, ਸਾਡੇ ਵੀਰ ਅਮਰੀਕ ਖੋਸੇ ਕੋਲੇ ਦਾ ਪਿੰਡ ਹੈ, ਰਾਜੂ ਖੋਸਿਆਂ ਦੀ ਗੱਲ ਚੱਲਦੀ ਹੈ, ਆਹ ਪਈ ਹੋਈ ਰੇਡ ਤੇ ਲੱਖਾਂ ਸਾਫੂ ਵਾਲੀਆਂ, ਲੱਖਾਂ ਤੇ ਰਵੀ, ਲੱਖਾਂ ਤੇ ਰਵੀ, ਆਹ ਕਬੱਡੀ ਕਬੱਡੀ ਕਬੱਡੀ, ਵਾਹ ਹੋਈ ਗਬਰੂ ਹੈ, ਨਹੀਂ ਰਵੀ ਮੁੜਕੋ ਮੁੜਕੀ ਹੋ ਗਿਆ, ਵੇਖੋ ਜ਼ੋਰ ਚੁੰਬਰਾਂ ਦਾ, ਕੰਡਾ ਵੀ ਨਹੀਂ ਚੁੰਮਦਾ ਜਿਸਮ ਕਠੋਰ ਚੁੰਬਰਾਂ ਦਾ, ਚੜ੍ਹਦੀ ਉਮਰ ਗਰਮ ਖੂਨ ਲਲਕਾਰੇ ਤਾਂ ਵੱਜਦੇ, ਰਾਜੇ ਖੇਲੇ ਮਰਦ ਮਦਾਨੋ ਡਰ ਕੇ ਨਹੀਂ ਭੱਜਦੇ, ਰਾਜੇ ਖੇਲੇ ਮਰਦ ਮਦਾਨੋ ਡਰ ਕੇ ਨਹੀਂ ਭੱਜਦੇ। ਨਹਿਲੇ ਦੇ ਲਈ 500 ਸੇਖੋ ਜਰਮਨ ਜੋਗੇ ਵਾਲੀ ਆ ਉਹਦੇ ਵੱਲੋਂ ਆਏ ਹੈ, ਆਓ ਸ਼ਾਜੀ ਪਾਰਿਆ ਕਬੱਡੀਆਂ ਲਗਾਤਾਰ ਵੀ ਟੀਮ ਨੂੰ ਫਾਈਨਲ ਦੇ ਵਿੱਚ ਲੈ ਕੇ ਜਾਣਾ ਹੈ, ਖੋਸੇ ਕੋਟਲੇ ਦਾ ਫਾਈਨਲ ਖੇਡਣਾ ਹੈ, ਪਰ ਇਹਦੇ ਸਮਾਂ ਦੱਸੂਗਾ ਵੀ ਕੌਣ ਅੱਜ ਫਾਈਨਲ ਖੇਡੂਗਾ, ਕੌਣ ਅੱਜ ਫਾਈਨਲ ਖੇਡੂ, ਮੇਰੇ ਵੀਰੋ ਇਹ ਸਮੇਂ ਦੀਆਂ ਗੱਲਾਂ ਨੇ, ਕੋਟ ਕਰੋੜੀਆ ਪਰ ਸਾਹਮਣੇ ਜ਼ੋਰ 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 ਆਸਟ੍ਰੇਲੀਆ ਗਰੁੱਪ ਵੱਲੋਂ 500 ਐਸ ਪੁਆਇੰਟ ਦਾ ਹੈ, ਜਿੱਧਰ ਵੀ ਹੋਇਆ ਕਾਲਾ ਤੂਰ, ਗੁਰਪ੍ਰੀਤ ਤੂਰ, ਦੋ ਗੁਰਪ੍ਰੀਤ ਹੈ, ਕਮਲਜੀਤ ਤੂਰ, ਨਿਰਮਲਜੀਤ ਤੂਰ, ਗੁਰਪਾਲ ਤੂਰ ਤੇ ਸੁਖਪਾਲ ਤੂਰ, 500 ਰੁਪਇਆ ਐਸ ਪੁਆਇੰਟ ਦਾ ਬਾਈ ਜੀ, ਨੋਟ ਕਰਿਓ, 1 ਲੱਖ ਦਾ ਯੋਗਦਾਨ ਵੀ ਹੈ, ਉੱਧਰ ਜਗਰਾਜ ਮੈਕ ਟੀਵੀ ਵਾਲਾ ਸਾਡਾ ਵੀ ਸਿੱਧੂ ਵੀਰ, ਉਹਨਾਂ ਵੱਲੋਂ ਵੀ 1 ਲੱਖ ਦਾ ਜਿਹੜਾ ਵੱਡਾ ਯੋਗਦਾਨ ਹੈ, ਬਹੁਤ ਵੱਡਾ ਯੋਗਦਾਨ। ਨੰਬਰ ਹੋਲਡ ਆ, ਆਹ ਨੰਬਰ ਹੋਲਡ ਹੈ ਜੀ, ਜਿਹੜੇ ਰੈਫਰੀ ਬਾਹਰਲੀ ਸਾਈਡ ਦੀ ਕਿਰਪਾ ਕਰਕੇ ਚੈੱਕ ਕਰ ਲੈਣ, ਆਹ ਜੱਜ ਨਦੌਰ ਪਿੰਡ ਵਾਲਾ ਹੈ, ਆਹ ਪੈਂਦੀ ਰੇਡ ਤੇ ਫਰਿਆਦ ਫੇਰ, ਫਰਿਆਦ ਫੇਰ, ਪਰ ਜੱਜ ਵੀ ਸਿਰਾ ਲਾ ਗਿਆ ਯਾਰ, ਬਾਈ ਜਿਹਨੂੰ ਜਿਹਨੂੰ ਜੱਜ ਦੀ ਖੇਡ ਵਧੀਆ ਲੱਗੀ ਇੱਕ ਵਾਰੀ ਤਾੜੀਆਂ ਮਾਰੇ ਇਸ ਗੱਬਰੂ ਦੇ ਲਈ, ਬੜਾ ਵਧੀਆ ਮੁਕਾਬਲਾ ਹੈ, ਉਹ ਖੋਸਿਆਂ ਅੰਦਰ ਭੈ ਵੀ ਬੈਠਾ, ਪਹਿਲੀਆਂ 'ਚ ਕਨੇਡਾ ਖੇਡਿਆ ਕੀਪੇ ਹੋਣਾ ਨਾ, ਜਦ ਭਲੂਰ ਵਾਲੇ ਮੁੰਡੇ 70 ਕਿਲੋ ਖੇਡਦੇ ਸਨ, ਉਹਨਾਂ ਟਾਈਮ ਦੇ ਵਿੱਚ ਇਸ ਨੌਜਵਾਨ ਦੀ ਵੀ ਤੂਤੀ ਬੋਲੀ ਹੈ, ਰੇਡ ਪੈ ਗਈ ਹੈ, 1000 ਰੁਪਇਆ USA ਗਰੁੱਪ ਵੱਲੋਂ ਆਇਸ ਪੁਆਇੰਟ ਤੇ ਹੈ, ਜਤਿੰਦਰ ਤੂਰ, ਗੁਰਬੀਰ ਤੂਰ, ਗੁਰਪ੍ਰਤਾਪ ਤੂਰ USA, ਗੋਪੀ USA, ਇੱਥੇ ਰੱਖ ਇੱਥੇ ਰੱਖ, ਜੱਫੇ ਤੇ ਜੱਫਾ ਠਾ ਜੱਫਾ, ਮੈਨੂੰ ਲੱਗਦਾ ਵੀ ਗੱਲ ਫਿਰ ਮੁਸ਼ਕਿਲ ਬਣ ਗਈ ਹੈ, ਜਲਾਲਾਬਾਦੀਆ ਸਿਰਾ ਲਾਉਣ ਲੱਗਿਆ, ਆਹ ਸ਼ਿੰਦੂ ਬੱਲੇ ਬੱਲੇ ਕਰਾਉਣ ਲੱਗਿਆ, ਦੋ ਖਿਡਾਰੀਆਂ ਦੇ ਦਰਮਿਆਨ ਆਹ ਗੱਭਰੂ ਲਈ ਤਾੜੀਆਂ 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 ਪੱਜਣ ਗਿਆ, ਇੱਥੇ ਰੱਖ, 1000 ਰੁਪਇਆ ਸ਼ਿੰਦੂ ਦੇ ਲਈ ਹੈ, 500 ਰੁਪਇਆ ਧੀਰਾ UK ਹੈਰੀ UK ਉਹਨਾਂ ਵੱਲੋਂ ਹੈ ਮੇਰੇ ਵੀਰੋ। ਲੈ ਵੀ ਸੁਖਿਆ ਬਾਈ, ਅੱਜ ਬਾਈਆਂ ਤੋਂ ਮਾਣ ਕਰਵਾਈ, ਚੱਲ ਇਹਨਾਂ ਰਹੀ ਭਰਾ ਜਿੰਨੇ ਵੀ ਆਏ ਆ ਨਾ, ਕੋਈ ਮੁੰਡਾ ਇਹ ਨਾ ਕਵੇ ਯਾਰ ਵੀ ਖੋਸੇ ਕੋਟਲੇ 'ਚ ਆਏ ਸੀਗੇ ਵੀ ਸਾਡਾ ਮਾਣ ਨਹੀਂ ਹੋਇਆ, ਹਰ ਇੱਕ ਬੰਦੇ ਦਾ ਸਤਿਕਾਰ ਹੋਣਾ ਚਾਹੀਦਾ ਹੈ, ਹਰ ਇੱਕ ਬੰਦੇ ਦਾ ਸਤਿਕਾਰ, ਆਓ ਸਾਹਮਣੇ ਕਬੱਡੀ 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 ਪੁਆਇੰਟ ਜਾਫੀ ਦਾ ਪੁਆਇੰਟ ਇਸ ਵੇਲੇ ਮੇਰੇ ਵੀਰੋ ਸ਼ਕਰਪੁਰ ਜੱਟਪੁਰੇ ਦੀ ਟੀਮ ਦੇ ਹਿੱਸੇ, ਅੰਮ੍ਰਿਤਪਾਲ ਸਿੰਘ ਕੱਦੂ ਮਲੂਕ ਆਪਦੇ ਛੋਟੇ ਨੂੰ ਸਮਝਾਉਂਦਾ ਹੈ ਵੀ ਦੇਖੀ ਕਿਤੇ ਬੱਬੂ ਦੇ ਸੀਰੇ ਮਨੀਲਾ ਵੱਲੋਂ 1000 ਰੁਪਿੰਦਰ, 1000 ਦਿੱਤਾ ਜਾ ਰਿਹਾ, ਧੰਨਵਾਦ ਹੈ, ਆਓ ਸ਼ਾਜੀ 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 ਤੇ
ਸਭਰਾਵਾਂ ਵਾਲਾ ਸ਼ੇਰ ਹੈ, ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਪਵਨਜੀਤ ਤੌਰ ਕੈਨੇਡਾ, ਨਵਦੀਪ ਖੋਸਾ ਦੀਪ ਇੰਗਲੈਂਡ ਤੇ ਹਿੰਦਾ ਖੋਸਾ ਜਲਾਲ ਯੂਐਸਏ, ਇਹਨਾਂ ਵੀਰਾਂ ਦੇ ਵੱਲੋਂ ਫਰਿਆਦ ਸ਼ਕਰਪੁਰ ਦਾ ਹਰ ਜੋਹਾ ਕਹਿੰਦੇ ਇੱਕ ਇੱਕ ਹਜ਼ਾਰ ਦਾ ਹੈ, ਜਿੰਨੇ ਜਫੇ ਵੀ ਨਾਲ ਦੀ ਨਾਲ ਮਾਨ ਕਰ ਰਿਹਾ ਹੈ। ਔਰ ਰਵੀ ਬੁਰਜ ਲਿਟ ਵਾਲਾ ਪੱਟਾਂ ਤੇ ਥਾਪੀਆਂ ਵੱਜਦੀਆਂ, ਕੈਮਰੇ ਫੋਕਸ ਨੇ, ਦੁਨੀਆਂ ਨੇ ਨਿਗਾਹਾਂ ਗੱਡੀਆਂ ਹੋਈਆਂ, ਐ ਵੀ ਕਰਿਆਰ ਵਾਲਿਆ ਕਹਿ ਦੇ ਕੀ ਕਹਿ ਰਿਹਾ। ਇੱਕ ਹਜ਼ਾਰ ਰੁਪਇਆ ਇਸ ਪੁਆਇੰਟ ਤੇ ਹੈ ਕਾਲਾ ਤੂਰ ਤੇ ਗੁਰਪ੍ਰੀਤ, ਕਰਮ ਕਮਲਜੀਤ, ਸਿਮਰਜੀਤ, ਗੁਰਪਾਲ, ਆਸਟ੍ਰੇਲੀਆ ਗਰੁੱਪ ਵੱਲੋਂ ਇੱਕ ਹਜ਼ਾਰ ਹੈ ਮੇਰੇ ਵੀਰੇ ਸੁਖਪਾਲ ਤੂਰ ਜੀ, ਇੱਕ ਹਜ਼ਾਰ ਲਿਖ ਲਾ। ਅਗਲੇ ਮੈਚ ਦੀਆਂ ਟੀਮਾਂ ਨੂੰ ਵੀ ਬੇਨਤੀ ਕਰਦੇ ਹਾਂ, ਖੋਸਾ ਕੋਟਲਾ ਤੇ ਦੋਧਰ ਦੀਆਂ ਟੀਮਾਂ ਤਿਆਰੀ ਕਰਕੇ ਲਾਗੇ ਆ ਜਾਣਾ, ਮੈਚ ਆਪਣੀ ਸਮਾਪਤੀ ਵੱਲ ਵੱਧਦਾ ਹੋਇਆ। ਖੋਸਾ ਕੋਟਲਾ ਤੇ ਦੋਧਰ ਦੀਆਂ ਟੀਮਾਂ ਨੂੰ ਬੇਨਤੀ ਕਰਦੇ ਹਾਂ, ਆਹ ਜੌਨੀ ਖੇਡਦੇ ਖੇਡ ਮੈਦਾਨ ਦੇ ਵਿੱਚ, ਜੌਨੀ ਮੈਚ ਫਸਿਆ ਪਿਆ, ਟੱਕਰ ਕਿਹੜੇ ਜੌਨੀ ਨੂੰ ਰੋਕ ਲਿਆ, ਸ਼ਾਜੀ ਨੂੰ ਤਿਆਰ ਜਾ ਕਰਕੇ ਸ਼ਰਤ ਹੈ, ਲੈ ਵੀ ਖੋਸੇ ਕੋਟਲੇ ਆ ਰਹੇ ਹੋ, ਦੇ ਦਿਓ ਹੌਸਲਾ ਬਾੜਾ ਮੋਟਾ ਜਾ। ਸੱਪ ਕਬੱਡੀ ਦਾ ਮੈਚ ਫਸਿਆ ਪਿਆ ਬਾਜੀ, ਸਿਰੇ ਦੀ ਹੈ ਦੋ ਟੀਮਾਂ ਦੇ ਦਰਮਿਆਨ, ਕਬੱਡੀ 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 ਕਬੱਡੀ, ਸ਼ਹਿਯਾਰ ਤੇ ਸ਼ੇਰਾ, ਸ਼ਹਿਯਾਰ ਤੇ ਸ਼ੇਰਾ, ਯੂਐਸਏ ਗਰੁੱਪ ਵੱਲੋਂ ਇੱਕ ਹਜ਼ਾਰ ਰੁਪਇਆ ਮੇਰੇ ਵੀਰੋ ਇਸ ਕਮਰੂ ਦੇ ਲਈ। ਜਿੱਤ ਹਾਰ ਦੀ ਤੇ ਹੈ ਹੀ ਨਹੀਂ, ਸ਼ਾਜੀ ਕੌਡੀਆਂ ਕਿੰਨੀਆਂ ਪਾ ਗਿਆ, ਗੱਲ ਤੇ ਇਹ ਵੇਖੋ ਤੁਸੀਂ ਇੱਕ ਵਾਰੀ ਤਾੜੀਆਂ ਦੇ ਜ਼ੋਰਦਾਰ ਮਾਰ ਦਿਓ ਮੇਰੇ ਵੀਰੇ। ਜਿਹੜਾ ਪਹਿਲਾ ਹੋਲਡ ਨੰਬਰ ਹੋਇਆ ਸੀਗਾ ਜੀ ਉਹ ਜਾਫੀਆਂ ਦਾ ਹੈ, ਇਹ ਨੋਟ ਕਰ ਲਿਆ ਜਾਵੇ, ਜਿਹੜਾ ਪਹਿਲਾ ਹੋਲਡ ਹੋਇਆ ਸੀ ਉਹ ਨੰਬਰ ਜਾਫੀਆਂ ਦਾ, ਤਾਂ ਜੱਜ ਰਦੋਰ ਵਾਲਾ ਹੈ। ਆਹ ਮੁੰਡਾ ਵੀ ਰੇਡਾਂ ਸਿਰੇ ਦੀਆਂ ਪਾ ਰਿਹਾ, ਪਰ ਫਰਿਆਦ ਦਾ ਜਫਾ ਇੱਕ ਇੱਕ ਹਜ਼ਾਰ ਦਾ, ਜਿਸਮਾਨੀ ਚੁੰਬਕ ਚੁੰਬਕ, ਆਹ ਜਿਸਮਾਨੀ ਚੁੰਬਕ ਚੁੰਬੜ ਗਿਆ। ਲੈ ਵੀ ਖੋਸਿਆ ਰਹੋ ਬਾਈ, ਮੈਚ ਵਧੀਆ ਲੱਗ ਰਿਹਾ, ਹਾਂ ਇੱਕ ਵਾਰੀ ਤਾੜੀਆਂ ਮਾਰੋ ਦੋ ਰਾਣੀ ਮਾਰੇ, ਜਿਉਂਦੇ ਰਹੋ, ਰੱਬ ਸਿਰੇ ਦੀ ਬਾਜੀ ਰੱਖੇ, ਤੁਹਾਡੇ ਹੱਥ ਬਾਜੀ ਰੱਖੇ। ਸਿੱਧਾ ਲਾਈਵ ਹੋਇਆ ਬੈਠਾ ਹੈ, ਬਹੁਤ ਬਹੁਤ ਧੰਨਵਾਦ ਮੇਰੇ ਵੀਰ ਦਾ, ਬਹੁਤ ਧੰਨਵਾਦ। ਰਵੀ ਬੁਰਜ ਲਿਟਾਲਾ ਮੈਚ ਫਸਿਆ ਪਿਆ, ਬਿੱਲੇ ਗੱਲ ਦੀਨੇ ਵਾਲੀਆਂ ਦਾ ਵੀ ਕਹਿੰਦੇ ਧੰਨਵਾਦ ਆ ਪ੍ਰਬੰਧਕਾਂ ਵੱਲੋਂ, ਆਹ ਕਹਿੰਦੇ ਮੈਂ ਸਿਰੇ ਦਾ ਪਈ ਹੋਈ ਰੇਟ ਤੇ ਅੱਧੂ ਫਰਿਆਦ, ਹਜ਼ਾਰ ਰੁਪਇਆ ਆਸਟ੍ਰੇਲੀਆ ਗਰੁੱਪ ਵੱਲੋਂ, ਹਜ਼ਾਰ ਅਮਰਤਪਾਲ ਇੱਥੇ ਰੱਖੂ, ਹੈਰੀ ਰਵੀ ਦੋ ਭਰਾ ਨੇ, ਇਹ ਰਵੀ ਹੈ ਜਰਮਨ ਖੇਡਿਆ ਮੇਰੇ ਵੀਰੋ, ਫਰਾਂਸ ਖੇਡਿਆ, ਬੈਲਜੀਅਮ ਖੇਡਿਆ, ਔਰ ਐਮਸਟਰਡਮ ਦੇ ਖੇਡ ਮੈਦਾਨਾਂ ਦਾ ਛੋਟਾ ਜਿਹਾ ਬੱਚਾ ਹੈ ਅਰਮਾਨ, ਉਹ ਗੁੰਮ ਹੋ ਗਿਆ ਮੇਰੇ ਵੀਰੋ, ਜੇ ਕਿਸੇ ਨੇ ਵੇਖਿਆ ਹੋਵੇ ਅਰਮਾਨ ਬੱਚਾ ਹੈ, ਖੋਸੇ ਕੋਟਲੇ ਦਾ ਹੀ ਆ ਮੁੰਡਾ ਦਾ, ਮੈਂ ਵੀ ਸੁੱਖਿਆ, ਕੋਈ ਗੱਲ ਨੀ ਪੁੱਜ ਜੂਗਾ, ਪਰ ਆਹ ਕਬੱਡੀ ਨੀ ਆਉਣੀ ਮੁੜ ਕੇ, ਆਹ ਕਬੱਡੀ ਦਾ ਨਜ਼ਾਰਾ ਲੋਕਾਂ ਨੇ ਲੈ ਜਾਣਾ, ਸ਼ਾਜੀ ਚੱਕੀ ਲੱਗੂਗਾ ਜਾਂ ਫਿਰ ਮਹਿਲਾ ਲੱਗੂਗਾ, ਲਓ ਚੱਕੀ ਦੇ ਮੁਕਾਬਲਾ ਹੋ ਗਿਆ ਮੇਰੇ ਵੀਰੋ ਨਾਲ, ਤੇ ਸ਼ਾਜੀ ਨੰਬਰ ਲੈ ਵੀ ਖੋਸੇ ਕੋਟਲੇ ਵਾਲੇ ਜੇ ਆ ਮੈਚ ਨੇ ਦੁੱਖ ਤੋੜਦੇ ਆਪਾਂ ਜਕਾਰਾ ਲਾਉਣੇ, ਚੜ੍ਹਦੀ ਕਲਾ ਚ ਜਵਾਬ ਦਿਓ ਬੋਲੇ,
ਪਤਾ ਲੱਗਦਾ ਵੀ ਖੋਸੇ ਕੋਲ ਰਿਕਵਰੀ ਕਰਨ ਚੱਲ ਰਿਹਾ ਜਿਹੜਾ ਮਗਰਲਾ ਰੀਪ ਲਿਆ ਉਹ ਨੰਬਰ ਵੀ ਜਾਫੀਆ ਦਾ ਸ਼ਾਨਾ ਜੀ ਨੋਟ ਕਰ ਲਿਓ। ਸੁਖਰਾਜ ਸੋਚਣ ਵਾਲੀ ਗੱਲ ਇਹ ਹੈ ਵੀ ਕੋਈ ਵੀ ਰਸਨਾ ਮੈਨੂੰ ਲੱਗਦਾ ਵੀ ਵਾਂਝੀ ਨਹੀਂ ਰਹੀ ਹੋਣੀ। ਇਹ ਹੁੰਦੀ ਹੈ ਦਿਲੀ ਗੱਲ, ਜਿਹੜੀ ਦਿਲੀ ਗੱਲ ਹੁੰਦੀ ਹੈ ਨਾ ਇਹ ਸਵਾਦ ਦੇ ਜਾਂਦੀ ਹੈ। ਇੱਕ ਵਾਰੀ ਫੇਰ ਜਕਾਰਾ ਲਾਈਏ, ਆਵਾਜ਼ ਮੋਗੇ ਤੱਕ ਪੁੱਜਣੀ ਚਾਹੀਦੀ ਹੈ। ਬੋਲੇ ਲੈ ਵੀ ਸੁੱਖ ਹੈ, ਆਵਾਜ਼ ਤੇ ਸੰਗਤ ਹੀ ਦੇਖਣੀ ਹੈ। ਕਰੀ ਇੱਧਰੋਂ ਮਾਈਕ ਬੰਦ ਕਰ ਲੈ। ਜਕਾਰੇ ਗੂੰਜਦੇ ਹੈ, ਖੋਸੇ ਕੋਟਲੇ ਦਾ ਕਬੱਡੀ ਕੱਪ ਆਂਢ ਗੁਆਂਢ ਦੇ ਪਿੰਡਾਂ 'ਚ ਪਤਾ ਲੱਗਦਾ ਹੁਣ ਵੀ ਖੋਸਿਆਂ 'ਚ ਵੱਡਾ ਮੈਚ ਹੋ ਰਿਹਾ। ਆਹ ਮੈਚ ਨੇ ਦੋਖੀ ਤੋੜ ਤੇ ਹੈ, ਸਿਰੇ ਦਾ ਮੁਕਾਬਲਾ ਚੋਟੀ ਦੇ ਖਿਲਾਰੀ ਨੈਨਾ ਬਗਿਆੜ ਜੋਗੀ ਵਾਲੀਆਂ ਫੇਰ ਜੋਗੀ ਵਾਲੀਆਂ ਫੇਰ ਨੈਨਾ ਬਗਿਆੜ ਬੱਲੇ ਬੱਲੇ ਕਰਾਉਣ ਲੱਗਾ। ਐਨ ਕਹਿੰਦੇ ਸਿਰੇ ਦਾ ਮੁਕਾਬਲਾ ਨੰਬਰ ਜਾਫੀਆਂ ਦਾ ਹੋ। ਨੀਲੇ ਬਗਿਆੜ ਦੇ ਲਈ ਰੁਪਿੰਦਰ 1000 USA ਗਰੁੱਪ ਵੱਲੋਂ ਹੈ। ਨੀਲੇ ਬਗਿਆੜ ਲਈ 1000 ਰੁਪਇਆ ਹਿਸਾਬ ਕਿਤਾਬ ਬਾਈ ਆਪ ਹੀ ਰੱਖੀ ਰੱਖੀ ਔਰ ਬਹੁਤ ਬਹੁਤ ਧੰਨਵਾਦ ਹੈ ਵੀਰਾਂ ਨੇ ਮਾਣ ਬਹੁਤ ਕੀਤਾ ਹੈ। ਕਿਆ ਬਾਤ ਹੈ, ਹਰ ਇੱਕ ਨੰਬਰ ਦਾ 500 ਕਦੇ 1000 ਕਿਉਂ ਵੀ ਯੋਧਿਆ ਹੈ। ਧੰਨਵਾਦ ਹੈ ਤੇਰਾ ਵੀ। ਆਓ ਸਾਹਮਣੇ ਖੇਡ ਮੈਦਾਨ ਅੰਦਰ ਇਸ ਵੇਲੇ ਰਵੀ 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 ਤੇ ਫਰਿਆਦ, ਰਵੀ ਤੇ ਫਰਿਆਦ, ਰਵੀ ਤੇ ਫਰਿਆਦ। 500 ਰੁਪਇਆ ਸ਼ੇਖੀਆ ਗਰੁੱਪ ਵੱਲੋਂ ਬੁਰਜ ਲਿੱਟਾਂ ਵਾਲਾ ਰਵੀ ਮੇਰੇ ਵੀਰੋ, ਦਿਨ ਦਿਨ ਚਮਕ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਮਾਣ ਹੈ ਰਵੀ। ਆਉਣ ਵਾਲੇ ਸਮੇਂ ਦਾ ਕਹਿੰਦੇ ਪੱਕੇ ਤੌਰ ਤੇ ਕੈਨੇਡਾ ਦਾ ਵਸਨੀਕ ਬਣ ਜਾਊਗਾ, ਸਮੇਂ ਦੀਆਂ ਗੱਲਾਂ ਹੋਣਗੀਆਂ। ਸੁਖਰਾਜ ਆ ਕੌਣ ਆ ਗਿਆ? ਇਹ ਸ਼ਹਿਯਾਦ ਆ ਗਿਆ, ਮੁੰਡਾ ਗੁਜਰਾਂ ਦਾ ਆ ਗਿਆ। ਇਹ ਰੂਟਣਾ ਸਾਪਾਂ ਦੇ ਆ ਕਬੱਡੀ ਵਾਲੇ। ਆਹ ਸਾਹਮਣੇ ਕਬੱਡੀ ਪੈ ਰਹੀ ਹੈ, ਫਸਮਾ ਮੁਕਾਬਲਾ ਹੈ, ਫਿਰ ਇਹਦੀ ਟੱਕਰ ਐਲਾ ਬਗਿਆੜ ਤੇ ਸ਼ਹਿਯਾਦ। ਪਰ ਵਾਹ ਵੀ ਗਬਰੂ ਹੈ, ਸਿਰੇ ਦਾ ਮੁਕਾਬਲਾ ਚੱਲਦਾ ਹੈ। ਦਿਲਬਾਗ ਸਿੰਘ ਜੀ ਘਾਲੀ ਕੈਨੇਡਾ ਵਾਲੇ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਵੱਡਾ ਮਾਣ ਕਰ ਵੀਰੋ, ਮੇਰੀ ਬੇਨਤੀ ਆ ਵੀ ਥੋੜਾ ਤੁਰ ਫਿਰ ਕੇ। ਇਧਰ ਸ਼ੀਰਾ ਤੇ ਬੱਬੂ ਮਨੀਲਾ ਉਹਨਾਂ ਵੱਲੋਂ 500 ਦੀ ਆ ਕਬੱਡੀ, 500 ਦੀ ਕਬੱਡੀ। ਰਵੀ ਬੁਰਜ ਲਿਟਾਲ ਹੈ, ਮੈਚ ਫਸਿਆ ਪਿਆ। ਆਹ ਖੋਸੇ ਕੋਟਲੇ ਦੀ ਦੁਨੀਆਂ ਦੇ ਟੋਪਰ ਪੁੱਜੇ ਹੋਇਆ, ਦੁਨੀਆਂ ਦੇ ਮਹਿੰਗੇ ਮੁੱਲ ਦੇ ਖਿਲਾੜੀ ਪੁੱਜੇ ਹੋਇਆ ਖੋਸੇ ਕੋਟਲੇ ਦੀ ਧਰਤੀ। ਪੈਂਦੀ ਰੇਡ ਪਰ ਬੁਰਜ ਲਿਟਾਲ ਰੁਕਣ ਦੇ ਮੂਡ 'ਚ ਨਹੀਂ, ਬੁਰਜ ਲਿਟਾਂ ਵਾਲਾ ਰੁਕਣ ਦੇ ਮੂਡ 'ਚ ਨਹੀਂ। ਮੰਗੀ ਖਾਦਰ ਰੁਪਿੰਦਰ ਤੇਰੇ ਲਈ ਸਾਡੇ ਦੋਨਾਂ ਟੀਮਾਂ ਦਾ 500 ਜਗਰਾਜ ਸਿੱਧੂ ਜੀ ਮੈਕ ਟੀਵੀ ਵਾਲੇ ਨਾਲ ਹੀ USA ਗਰੁੱਪ ਵੱਲੋਂ ਮੇਰੇ ਵੀਰੇ 5100 ਰੁਪਇਆ ਰੁਪਿੰਦਰ ਜਲਾਲ ਦੇ ਲਈ ਆ। ਸਾਡੇ ਭਰਾ ਗੁਰਬੀਰ ਤੂਰ USA, ਗੁਰਪ੍ਰਤਾਪ ਤੂਰ USA, ਗੋਪੀ USA, ਜਤਿੰਦਰ ਤੂਰ USA, ਰੁਪਿੰਦਰ ਜਲਾਲ ਲਈ 5100। ਬਹੁਤ ਬਹੁਤ ਧੰਨਵਾਦ ਹੈ USA ਵਾਲੇ ਭਰਾਵਾਂ ਦਾ, ਸਤਿਕਾਰ ਹੈ ਸਾਰੇ ਵੀਰਾਂ ਦਾ ਮੇਰੇ ਵੀਰੋ ਜਿਹੜੇ ਪਿਆਰ ਕਰਦੇ ਹੈ। ਮੈਂ ਪਹਿਲਾਂ ਆ ਕੇ ਬੋਲਿਆ ਵੀ ਯਾਰ ਖੋਸਾ ਕੋਟਲਾ ਨਗਰ ਮੇਰਾ ਆਪਣਾ ਪਿੰਡ ਹੈ, ਕਿਸਾਨ ਅੰਦੋਲਨ ਤੋਂ ਬਾਅਦ ਮੈਨੂੰ ਕੋਈ ਬਗਾਨਾ ਨਹੀਂ ਲੱਗਦਾ ਕਿਉਂਕਿ ਸਾਡੀ ਬੜੀ ਸਾਂਝ ਪਈ ਹੈ ਇਸ ਨਗਰ ਦੇ ਨਾਲ ਮੇਰੇ ਵੀਰੋ। ਮੈਨੂੰ ਇਹਨਾਂ ਭਰਾਵਾਂ ਤੇ ਮਾਣ ਹੈ, ਸਾਰੇ ਪਿੰਡ ਤੇ ਮਾਣ ਹੈ। ਆਓ ਸਾਹਮਣੇ ਆ ਵੇਖ, ਖੜੇ ਹੋ ਹੋ ਲੋਕੀ ਭੰਗੜਾ ਪਾਉਂਦੇ, ਫਰਿਆਦ ਹੋਣੀ ਦੁਨੀਆ ਨਚਾਉਂਦੇ, ਫਰਿਆਦ ਹੋਣੀ ਦੁਨੀਆ ਨਚਾਉਂਦੇ। ਉਧਰ ਵਿੱਕੀ ਦੁਬਈ, ਰਣਵੀਰ ਗੈਰ ਕੈਨੇਡਾ ਉਹਨਾਂ ਵੱਲੋਂ ਨਹਿਲੇ ਬਗੈਰ ਜੋਗੀ ਵਾਲੀ ਜਿਹੜੇ 500 ਦੇ ਮਾਣ ਆਏ ਹੈ। ਫਰਿਆਦ ਦਾ ਜੱਫਾ ਸਿਰੇ ਦਾ, ਖੋਸੇ ਕੋਟਲੇ ਵਾਲੇ ਉਹ ਆਇਆਂ ਦਾ ਮੁੱਲ ਮੁੜ ਗਿਆ ਤਾਂ ਇੱਕ ਵਾਰੀ ਫਿਰ ਸਿਰਾ ਹੋ ਗਿਆ ਪੂਰੇ ਘਰ ਦਾ ਮਾਰਿਆ। ਆਹ ਬਾਪੂ
ਬਾਪੂ ਬੈਠਾ ਨਾ ਜਿਹੜਾ ਪੌੜੀਆਂ ਤੇ ਸਾਰਿਆਂ ਤੋਂ ਪਹਿਲਾਂ ਤਾੜੀਆਂ ਮਾਰੀਆਂ, ਕਹਿੰਦਾ ਸਵਾਦ ਆ ਗਿਆ ਸੋਹਣਿਆ, ਹੁਣ ਆਲੂ ਉਲੂ ਵੀ ਪੱਟ ਲਾਂਗੇ, ਹੁਣ ਗਾਂਹ ਕਣਕਾਂ ਵੀ ਆਉਂਦੀਆਂ, ਉਦੋਂ ਤੱਕ ਗੱਲਾਂ ਚੱਲਣਗੀਆਂ ਯਾਰ, ਫਰਿਆਦ ਹੋਣੀ ਵਾਲਾ ਤਕੜਾ ਖੇਡਗੇ, ਕੋਈ ਕਹੂਗਾ ਨਹੀਂ ਯਾਰ ਅੰਬੇ ਦੇ ਜੇ ਨਾ ਸੱਟ ਲੱਗਦੀ ਨਾ ਤੇ ਫੇਰ ਗੱਲ ਹੋਰ ਹੋਣੀ ਸੀਗੀ, ਔਰ ਵੱਖੋ ਵੱਖਰੀਆਂ ਕਿਆਸਾਂ ਲਾਈਆਂ ਜਾਂਦੀਆਂ, ਪਰ ਕਬੱਡੀ ਜ਼ਿੰਦਾਬਾਦ ਹੈ, ਸਾਨੂੰ ਜੋੜਨ ਵਾਲੀ ਕਬੱਡੀ ਹੈ, ਅੱਜ ਆਪਾਂ ਸਾਰੇ ਇਕੱਠੇ ਹੋਏ ਹਾਂ, ਕਬੱਡੀ ਜ਼ਿੰਦਾਬਾਦ, ਸੰਤਾਂ ਮਹਾਂਪੁਰਸ਼ਾਂ ਦੀ ਧਰਤੀ, ਬਾਬਾ ਫਤਿਹ ਸਿੰਘ ਜੀ ਦੀ ਅਪਾਰ ਕਿਰਪਾ, ਚੱਕੀ ਤੇ ਫਰਿਆਦ ਦਾ ਵੀਰ ਸ਼ਾਜੀ, ਚੱਕੀ ਤੇ ਸ਼ਾਜੀ, ਚੱਕੀ ਤੇ ਸ਼ਾਜੀ, ਕਿਆ ਬਾਤ ਹੈ, 500 ਰੁਪਏ ਆਸਟ੍ਰੇਲੀਆ ਗਰੁੱਪ, ਤਾਇਆ ਤੂਰ, ਗੁਰਪ੍ਰੀਤ ਤੂਰ, ਕਮਲ ਜੀ ਤੂਰ, ਨਿਰਮਲ ਜੀ ਤੂਰ ਤੇ ਸੁਖਪਾਲ ਤੂਰ, 500 ਰੁਪਇਆ ਛਾਜੀ ਦਾ, ਹਾਲੇ ਮੁੱਕਿਆ ਨੀ, ਹਾਲੇ ਮੁੱਕਿਆ ਨੀ, ਪਵਨ ਜੀ ਤੂਰ ਕਨੇਡਾ, ਨਵਦੀਪ ਖੋਸਾ, ਦੀਪ ਗਰੈਂਡ ਇਹਦਾ ਖੋਸਾ ਜਲਾਲ ਯੂਐਸਏ, ਫਰਿਆਦ ਦਾ ਹਰ ਜਫਾ 1000 ਦਾ, ਆਹ ਸਾਹਮਣੇ ਰਵੀਪੁਰ ਕਨੇਡਾ, ਹੋਰ ਕੀ ਸਮਾਨ ਨੇ ਲੈ ਲਿਆ ਸਮਾਨ, ਜਿੱਤਿਆ ਕਿਹੜਾ ਮਰਜ਼ੀ ਆ, ਨਜ਼ਾਰਾ ਆਇਆ ਕਿ ਨਹੀਂ ਫਿਰ, ਸ਼ਕਰਪੁਰ ਜੱਟਪੁਰੇ ਦੇ 31 ਨੰਬਰ ਨੇ ਸੁਰ ਸਿੰਘ ਦੀ ਟੀਮ ਦੇ, ਕਿਆ ਬਾਤ ਹੈ, ਬਹੁਤ ਤਕੜਾ ਮੈਚ ਖੇਡਿਆ ਗਿਆ, ਜੇਤੂ ਰਹੀ ਹੈ ਬਾਈ ਜੀ, ਨਰੋਲ ਪਿੰਡ ਵਾਰ ਦੀਆਂ ਟੀਮ, like share subscribe please help